ਸਿੱਧੂ ਮੂਸੇਵਾਲੇ ਬਾਈ ਦੇ ਨਾਲ ਸੇਮ ਫਿਲਮ ਦੇ ਵਿੱਚ ਗਾਣਾ ਆਉਣਾ, ਇੱਥੇ ਤਾਂ ਬੜਾ ਕੁਛ ਆ ਮੇਰਾ ਵੀਰ, ਹੁਣ ਕੀ ਦੱਸਾਂਗੇ ਕਿਸੇ ਨੂੰ, ਹੈ ਨਾ। ਅੱਛਾ, ਉੱਥੋਂ ਤੱਕ ਜਾਂਦਿਆਂ ਜਾਂਦਿਆਂ ਕਈ ਬੱਸਾਂ, ਕਈ ਮੈਜਿਕਾਂ, ਕਈ ਜੀਪਾਂ ਬਦਲ ਲੈਂਦੇ। ਦਿਨ ਚੜ੍ਹਦਾ ਤੇ ਸੂਰਜ ਦਿਖਾਉਂਦਾ ਲਾਲੀਆਂ, ਅਸੀਂ ਯਾਰੀ ਚ ਨਹੀਂ ਕਰਦੇ ਦਲਾਲੀਆਂ, ਹੋ ਠੁੱਕ ਏਰੀਏ ਦੇ ਵਿੱਚ ਪੂਰੀ ਯਾਰ ਦੀ ਕਹਿੰਦੇ ਸ਼ਾਹੂ। ਸਟਾਰਟ ਆ ਵੀਰੇ, ਸਟਾਰਟ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ, ਠੀਕ ਠਾਕ ਸਾਰੇ? ਸਾਰਿਆਂ ਨੂੰ। ਅਸੀਂ ਪਹੁੰਚੇ ਅੱਜ ਹਿੰਮਤ ਬਾਈ ਦੇ ਪਿੰਡ ਯੂਪੀ। ਵੈਲਕਮ ਤੁਹਾਡਾ। ਥੈਂਕ ਯੂ। ਹੁਣੇ ਆਪਾਂ ਬਸ ਲੰਚ ਕਰਕੇ ਆਏ ਹਾਂ ਜੀ, ਅਤੇ ਨਾਲ ਉੱਤੋਂ ਸੇਵੀਆਂ ਖਾਧੀਆਂ ਨੇ, ਅਤੇ ਇੱਧਰ ਮੀਂਹ ਸਟਾਰਟ ਹੋ ਗਿਆ ਵਾ। ਨਹੀਂ ਹੋਇਆ, ਹੁਣ ਹਟ ਗਿਆ, ਹੁਣ ਥੋੜ੍ਹਾ ਹਟ ਗਿਆ ਵਾ। ਕਣੀਆਂ ਜੇ ਆਉਣਗੀਆਂ ਵੀ ਕੋਈ ਚੱਕਰ ਨਹੀਂ, ਵਾ ਪੇੜ ਦੇ ਥੱਲੇ ਆ। ਟਲ ਗਿਆ। ਅਤੇ ਮੈਂ 10 ਦਿਨ ਪਹਿਲਾਂ ਯੂਪੀ ਆਇਆ ਸੀ, ਅਤੇ ਵੀਰੇ ਦਾ ਜਦੋਂ ਮੈਂ ਅੰਮ੍ਰਿਤਸਰ ਵਾਪਸ ਪਹੁੰਚ ਗਿਆ, ਵੀਰੇ ਦਾ ਫਿਰ ਆ ਕੇ ਮੈਸੇਜ ਆਇਆ ਕਿ ਆਪਾਂ ਆ ਜਾਓ ਪਿੰਡ, ਆਏ ਨਹੀਂ ਯਾਰ, ਤੁਸੀਂ ਪਿੰਡ ਆਓ, ਗੱਲਾਂ ਬਾਤਾਂ ਕਰਦੇ ਹਾਂ। ਅਤੇ ਅੱਜ ਪਹੁੰਚ ਗਏ ਆਪਾਂ। ਮੈਂ ਵੀਰ ਇੱਥੇ ਆਇਆ ਯੂਪੀ, ਅਤੇ ਸਨੈਪਚੈਟ 'ਤੇ ਅਸੀਂ ਹੈਗੇ ਇੱਕ ਦੂਜੇ ਨਾਲ, ਫਿਰ ਮੈਂ ਪੁੱਛਿਆ ਮੈਂ ਕਿੱਥੇ ਜੇ, ਕਹਿੰਦੇ ਚਲੇ ਗਏ, ਮੈਂ ਆ ਜਾਓ ਫਿਰ। ਅਤੇ ਮਾਈਕ ਸ਼ਾਇਕ ਆਪਾਂ ਲਾ ਲਏ ਹੋਏ ਆ, ਮੈਂ ਕਿਹਾ ਵੋਇਸ ਕੁਆਲਿਟੀ ਵਧੀਆ ਆਵੇ, ਥੋੜ੍ਹਾ ਜਿਹਾ ਉੱਚੀ ਬੋਲੇ, ਠੀਕ ਹੈ? ਉੱਚੀ ਬੋਲੋ। ਹਾਂ, ਥੋੜ੍ਹਾ ਜਿਹਾ ਉੱਚੀ। ਲੋਲੋ ਲੱਗ ਰਹੀ, ਕੀ ਚੱਕਰ ਕੀ ਆ? ਨਹੀਂ, ਲੋਲੋ ਥੋੜ੍ਹੀ ਨਾ। ਟੈਨਸ਼ਨ ਆ ਕੋਈ? ਨਹੀਂ, ਟੈਨਸ਼ਨ ਆ, ਘਰੇ ਕੰਮ ਚੱਲ ਰਿਹਾ ਨਾ ਯਾਰ, ਉਹ ਫਿਰ ਥੋੜ੍ਹਾ ਜਿਹਾ ਹੈ ਨਾ। ਨਹੀਂ, ਤੰਗ ਕਰਦਾ ਵਾ ਉਹ, ਥੋੜ੍ਹਾ ਰੌਲਾ ਰੱਪਾ ਜਿਹਾ। ਰੌਲਾ ਰੱਪਾ ਵਾ, ਆਪਾਂ ਕਿਹਾ ਆਪਾਂ ਟੈਨਸ਼ਨ ਦੇਣ ਵਾਲੇ ਹਾਂ, ਟੈਨਸ਼ਨ। ਵਾ ਠੀਕ ਆ। ਅਤੇ ਯਾਰ ਪਹਿਲਾਂ ਦੱਸੋ ਆ ਪਿੰਡ ਦਾ, ਯਾਰ ਇੱਕ ਤਾਂ ਪਿੰਡ ਦਾ ਨਾਂ ਬੜਾ ਕੰਪਲੀਕੇਟ, ਪਿੰਡ ਦਾ ਨਾਮ ਕੀ ਆ? ਇਹ ਜਿੱਦਾਂ ਜਿਹੜੇ ਗ੍ਰਾਮ ਦੇ ਅੰਡਰ ਸਾਡਾ ਘਰ ਆਉਂਦਾ, ਉਹਦਾ ਨਾਮ ਹੈਗਾ ਮੁੜੀਆ ਮਿਸ਼ਰ। ਮੁੜੀਆ ਮਿਸ਼ਰ, ਅਤੇ ਇੱਥੋਂ ਨੇਪਾਲ ਬਾਰਡਰ ਲਾ ਲਓ ਕਿ 1 ਘੰਟੇ ਰਸਤਾ ਵਾ, ਨੇਪਾਲ ਬਾਰਡਰ ਪੈਂਦਾ ਵਾ। ਜਾਵਾਂਗੇ ਤਾਂ 35-40 ਮਿੰਟ ਹੀ ਲੱਗਣੇ ਆ। 35-40 ਮਿੰਟ ਹੀ ਬਸ ਇੱਥੋਂ। ਵਾ ਠੀਕ ਆ। ਅਤੇ ਵੀਰੇ ਨਾਲ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ, ਵੀਰੇ ਦੇ ਗਾਇਕੀ ਨੂੰ ਲੈ ਕੇ, ਵੀਰੇ ਦੇ ਪਿੰਡ ਨੂੰ ਲੈ ਕੇ, ਉਹ ਸਾਰੀ ਅੱਗੇ ਗੱਲਾਂ ਬਾਤਾਂ ਕਰਾਂਗੇ। ਸੋ ਆਪਾਂ ਸ਼ੁਰੂਆਤ ਕਰਦੇ ਹਾਂ ਯਾਰ, ਪਿੰਡ ਬਾਰੇ ਦੱਸੋ, ਯੂਪੀ ਦੇ ਵਿੱਚ ਕਿੱਦਾਂ ਆਪਣਾ ਕੀ ਵਸਣਾ ਸ਼ੁਰੂ ਤੋਂ ਕਿੱਦਾਂ? ਇਹ ਜਿਹੜਾ ਯੂਪੀ 'ਚ ਸਾਡੀ ਵਸੋਂ ਹੋਈ ਆ, ਜਿੱਦਾਂ 47 ਦੀਆਂ ਵੰਡਾਂ ਵੰਡਾਂ, ਹਾਂਜੀ ਹਾਂਜੀ, ਅਤੇ ਉਸੇ ਟਾਈਮ 'ਚ ਹੀ ਜਿਹੜੇ ਆਪਣੇ ਪਿਛੋਕੜ ਆਪਣਾ ਤਰਨ ਤਾਰਨ ਸਾਹਿਬ 'ਚ, ਉੱਥੇ ਜਵੰਦਾ ਪਿੰਡ ਆ। ਅੱਛਾ। ਅਤੇ ਉੱਥੇ ਜਿੱਦਾਂ ਆਪਣੇ ਬਜ਼ੁਰਗਾਂ ਦੇ ਹਜੇ ਵੀ ਉੱਥੇ ਸਾਡੇ ਮਤਲਬ ਹੈਗੇ ਆ ਪਰਿਵਾਰਾਂ ਦੇ ਗਾਂਹ ਦੀ ਗਾਂਹ। ਠੀਕ ਆ। ਅਤੇ ਉਹ ਟਾਈਮ 'ਚ ਉੱਥੋਂ ਜਿਵੇਂ ਕਾਫੀ ਲੋਕ ਕਈ ਵੱਖ ਵੱਖ ਜਗ੍ਹਾਵਾਂ 'ਤੇ ਜਾ ਕੇ ਮੂਵ ਹੋ ਗਏ ਸੀ। ਹਾਂਜੀ ਹਾਂਜੀ, ਆਹੋ ਉੱਥੋਂ ਅੱਗੇ ਆ ਗਏ ਸੀ। ਅਤੇ ਘਰ ਘੁਰ ਸਾੜ 'ਤੇ ਉੱਥੇ ਬੜਾ ਮਤਲਬ ਬੜਾ ਮਾੜਾ ਟਾਈਮ ਸੀਗਾ, ਅਤੇ ਉਦੋਂ ਇੱਧਰ ਆ ਗਏ, ਫਿਰ ਸ਼ਿਫਟ ਹੋ ਗਏ 47 ਦੇ ਟਾਈਮ ਤੋਂ। ਹਾਂ, ਓਕੇ, ਮਤਲਬ ਕਿ ਉਦੋਂ ਤੋਂ ਦਾਦਾ ਜੀ ਹੁਣ ਇੱਧਰ ਆ, ਇੱਧਰਲੀ ਸਾਈਡ ਆ ਗਏ। ਬਾਪੂ ਜੀ ਉਦੋਂ ਸੀਗੇ, ਮਤਲਬ 10-11 ਸਾਲਾਂ ਦੇ ਸੀਗੇ, ਅਤੇ ਉਦੋਂ ਫਿਰ ਇੱਧਰ ਸ਼ਿਫਟ ਹੋਏ। ਪਹਿਲਾਂ ਮੈਨੂੰ ਲੱਗਦਾ 2-3 ਜਾਣੇ ਆਏ, ਵੇਖ ਕੇ ਗਏ ਜਗ੍ਹਾ, ਫਿਰ ਸਾਰਿਆਂ ਨੂੰ ਬੁਲਾਇਆ, ਫਿਰ ਜ਼ਮੀਨਾਂ ਜ਼ਮੀਨਾਂ ਇੱਥੇ ਜਿੱਦਾਂ ਹੁਣ ਆਪਾਂ ਤਾਂ ਵਧੀਆ ਆਬਾਦ ਕੀਤੀਆਂ ਜ਼ਮੀਨਾਂ ਅੱਜ, ਮਹਾਰਾਜ ਦੀ ਮਿਹਰ ਨਾਲ ਬਹੁਤ ਸੋਹਣਾ ਸਿਸਟਮ ਆ। ਫਿਰ ਨਵੇਂ ਨਵੇਂ ਆਏ, ਇਹ ਸਭ ਜੰਗਲ ਹੁੰਦਾ ਸੀ, ਅੱਜ ਜਿੱਥੇ ਹੁਣ ਅੱਜ ਆਪਾਂ ਬੈਠੇ ਇਹਨੂੰ ਸਾਡੇ ਇਸ ਏਰੀਏ ਨੂੰ ਭੂੜ ਕਹਿੰਦੇ ਆ, ਰੇਤਲੀ ਜਗ੍ਹਾ ਨੂੰ ਭੂੜ ਕਹਿੰਦੇ ਆ। ਭੂੜ, ਓਕੇ। ਇਹ ਸਾਨੂੰ ਹਜੇ ਵੀ ਅਸੀਂ ਭੂੜ ਵਾਲੇ ਵੱਜਦੇ ਹਾਂ ਇੱਥੇ। ਅੱਛਾ ਅੱਛਾ। ਤੋ ਕਹਿੰਦੇ ਤਾਂ ਇੱਥੇ ਇਹ ਜ਼ਮੀਨ ਬਹੁਤੀ ਮਤਲਬ ਵਧੀਆ ਨਹੀਂ ਹੁੰਦੀ, ਉਪਜਾਊ ਨਹੀਂ ਜ਼ਿਆਦਾ। ਹਾਂ, ਰੇਤਾ ਹੁੰਦੀ ਸੀ, ਅਤੇ ਸਾਨੂੰ ਜਿੱਦਾਂ ਜਿਹੜਾ ਸਾਡਾ ਪਰਿਵਾਰ ਆ ਉਹ ਜਿੱਦਾਂ ਰੋਡ ਆ ਵਿੱਚ, ਇਹ ਤੋਂ ਪਰਲੇ ਬੰਨੇ ਸਾਡਾ ਸਾਰਾ ਪਰਿਵਾਰ ਢੋਲੀਆ ਢੋਲੀਆ ਵੱਜਦਾ। ਠੀਕ ਆ। ਅਤੇ ਇਹ ਜਿਹੜਾ ਇਹ ਟੁਕੜਾ ਸੀ, ਮੈਨੂੰ ਲੱਗਦਾ ਇਹ ਸਾਡੇ ਹਿੱਸੇ ਆਇਆ ਸੀ ਵੰਡ, ਜਦੋਂ ਪਰਿਵਾਰਾਂ 'ਚ ਵੰਡ ਹੋਈ, ਤੁਹਾਨੂੰ ਆ ਵਾਲਾ ਹਿੱਸਾ ਦੇ ਤਾ ਹੋਇਆ। ਬਾਪੂ ਜੀ ਅਤੇ ਤਾਇਆ ਜੀ ਹੋਣੀ, ਪਾਪਾ ਜੀ ਹੋਣੀ, 3 ਭਰਾ ਸਾਡੇ ਹਿੱਸੇ ਆਇਆ। ਫਿਰ ਇਹਨੂੰ ਬੜਾ ਜਦੋ ਜਹਿਦ ਕਰਕੇ ਮੈਨੂੰ ਲੱਗਦਾ ਪਲਟੀਆਂ ਪੁਲਟੀਆਂ ਜ਼ਮੀਨਾਂ ਇਹ, ਅਤੇ ਹੁਣ ਵਧੀਆ ਹੋਣ ਲੱਗਾ ਮਾਹੌਲ। ਮਤਲਬ ਉਹੀ ਗੱਲ ਦੱਸਦਾ ਸੀ ਕਿ ਜਦੋਂ ਆਏ ਸੀਗੇ ਇਹ ਜ਼ਮੀਨਾਂ ਜਿਹੜੀਆਂ ਸੀਗੀਆਂ ਇਹ ਸਭ ਬੰਜਰ ਹੁੰਦੀਆਂ ਸੀ, ਜਿਹੜੇ ਜਿਹਨਾਂ ਨੂੰ ਆਪਾਂ ਬਈਏ ਕਹਿ ਦਿੰਦੇ ਹਾਂ, ਆਪਣੀ ਹਿੰਦੂ ਕਮਿਊਨਿਟੀ ਜਿਹੜੀ ਪਿੰਡਾਂ 'ਚ ਰਹਿੰਦੇ, ਹੈ ਨਾ, ਉਹਨਾਂ ਨੂੰ ਬਹੁਤਾ ਹਿਸਾਬ ਨਹੀਂ ਹੈਗਾ ਇਹ ਵਾਹੀ ਦਾ। ਉਦੋਂ ਜੱਟਾਂ ਨੇ ਆ ਕੇ ਸਾਰੇ ਇੱਥੇ ਉਹ ਜ਼ਮੀਨ ਖਾਣ ਖੁਣ ਜੋਗਾ ਵਿਚਾਰੇ ਮਾੜਾ ਮੋਟਾ ਕਰ ਲੈਂਦੇ ਸੀ। ਹਾਂ ਹਾਂ ਹਾਂ। ਅਤੇ ਇਹ ਖੇਤੀ ਬਿਜ਼ਨਸ ਟਾਈਪ ਨਹੀਂ ਸੀ ਉਦੋਂ। ਓਕੇ। ਫਿਰ ਇਹਨਾਂ ਨੇ ਆ ਕੇ ਇੱਥੇ ਜਿਉਂ ਲਹਿਰਾਂ ਵਹਿਰਾਂ ਬਣਾਈਆਂ, ਵੱਢ ਵੱਢ ਜੰਗਲ, ਸਾਰੇ ਬੰਨੇ ਹਰਿਆਲੀ ਹਰਿਆਲੀ ਆ। ਮਤਲਬ ਪਹਿਲਾਂ ਸਾਰੇ ਜੰਗਲ ਹੁੰਦੇ, ਜੰਗਲ ਵੱਡੇ, ਤੇ ਫਿਰ ਉਹ ਖੇਤ ਦੇ ਵਿੱਚ ਹਨਾ ਬਦਲੇ। ਆ ਹੁਣ ਵੀ ਯਾਰ ਕਈ ਵਾਰੀ ਕਿਰਾਇਆ ਕੁਰਾਏ ਆ, ਹੁਣ ਮਿੱਟੀ ਖਿੱਚ ਕੇ ਅਗਲੇ ਬੰਨੇ ਸੁੱਟੀ ਆ, ਤੇ ਥੱਲੋਂ ਕੁੱਜੇ ਨਿਕਲਦੇ ਅੱਜ ਵੀ। ਅੱਛਾ। ਹਾਂ, ਐਵੇਂ ਦੀਆਂ ਨਾ ਚੀਜ਼ਾਂ। ਤੇ ਠੀਕ ਆ ਠੀਕ ਆ। ਐਵੇਂ ਫਿਰ ਤੇ ਸਟੱਡੀ ਆਪਣੀ ਸਾਰੀ ਇੱਥੇ ਹੋਈ? ਪੜ੍ਹਿਆ ਮੈਂ ਵੀਰੇ ਇੱਥੇ ਹੀ ਆ, ਯੂਪੀ 'ਚ। ਯੂਪੀ 'ਚ ਪਹਿਲਾਂ ਇੱਥੇ ਸਾਡੇ ਸ਼੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਆ, ਕਾਰਸੇ ਵਾਲੇ ਬਾਬਾ ਜੀ ਗੁਰਨਾਮ ਸਿੰਘ ਆਪਣੇ, ਹਾਂਜੀ ਹਾਂਜੀ, ਉਹਨਾਂ ਦਾ ਸਕੂਲ ਆ, ਉੱਥੇ ਪੜ੍ਹਿਆ 10ਵੀਂ ਤੱਕ ਮੈਂ। ਠੀਕ ਆ। ਵਿੱਚ 6ਵੀਂ 7ਵੀਂ ਕੇ ਖਰੇ 7ਵੀਂ 8ਵੀਂ ਕੀਤੀ ਮੈਂ ICSE ਬੋਰਡ 'ਚ। ICSE ਬੋਰਡ 'ਚ? ਉਹ ਇੱਥੋਂ ਦੂਰ ਬੜਾ ਪੈਂਦਾ ਸੀ। ਅੱਛਾ। 3 ਘੰਟੇ ਦਾ ਜਾਣਾ, 3 ਘੰਟੇ ਦਾ ਆਉਣਾ। ਠੀਕ ਆ। 6 ਘੰਟੇ ਰਾਹ ਜਾਣਾ ਸੀ ਅਤੇ 6 ਘੰਟੇ ਸਕੂਲ, 12 ਘੰਟੇ ਦੀ ਮੇਰੀ ਉਹ ਹੁੰਦਾ ਹੈ। ਤੁਹਾਡਾ ਭਲਾ ਹੋਵੇ। ਫਿਰ ਉਹ ਮੈਨੂੰ ਘਰਦਿਆਂ ਨੇ ਉੱਥੋਂ ਹਟਾ ਕੇ ਫਿਰ ਵਾਪਸ ਇੱਥੇ ਲੈਂਦਾ ਸੀ। 11 ਕੁ ਕੀਤੀਆਂ ਮੈਂ। ਅੱਛਾ। ਅਤੇ 12ਵੀਂ ਮੈਂ ਕੀਤੀ ਸੀ, ਉਹ ਕਿਹੜਾ ਬੋਰਡ ਨਹੀਂ ਹੁੰਦਾ ਯਾਰ, ਇੱਕ NIOS ਕਰਕੇ ਜਿਹੜਾ
ਐਵੇਂ ਪੇਪਰ ਦੇ ਦੇਈਦਾ ਤੇ ਪ੍ਰਾਈਵੇਟ 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 ਹੁੰਦਾ ਹੈ ਹਾਂਜੀ ਹਾਂਜੀ ਕੋਈ ਬਹੁਤਾ ਵੱਡਾ ਉਹ ਮੁੱਦਾ ਹੀ ਨਹੀਂ ਹੁੰਦਾ ਠੀਕ ਹੈ ਮੈਂ ਮਤਲਬ ਅਸਲ 'ਚ 11 ਕੀਤੀਆਂ ਅੱਛਾ ਅਸਲ 'ਚ 11 ਕੀਤੀਆਂ ਤੁਸੀਂ ਇਹ ਪਲੱਸ ਟੂ ਵੀ ਪੂਰੀ ਨਹੀਂ ਹੋਈ ਹੈ ਪਲੱਸ ਟੂ ਵੀ ਨਹੀਂ ਪੂਰੀ ਉਹ ਮਨ ਦਾ ਚੁੱਕਿਆ ਗਿਆ ਸੀ ਯਾਰ ਪੜ੍ਹਾਈ ਤੋਂ ਖੇਤੀਬਾੜੀ 'ਚ ਬੜਾ ਇੰਟਰਸਟ ਹੋ ਗਿਆ ਸੀ ਮੇਰਾ ਠੀਕ ਹੈ ਵਾਹੀ ਹੋਈ ਜੋਤੀ 'ਚ ਮੈਂ ਮੈਨੂੰ ਲੱਗਦਾ 8ਵੀਂ ਕਲਾਸ ਤੋਂ ਮੈਂ ਖੇਤੀਬਾੜੀ ਦਾ ਸਾਰਾ ਕੰਮ ਕਰਨ ਲੱਗ ਗਿਆ ਸੀ ਮਤਲਬ ਪਾਪਾ ਜੀ ਨੇ ਟਰੈਕਟਰ ਛੱਡ ਦਿੱਤਾ ਸੀ ਉਹਨਾਂ ਨੇ ਤਿਆਗਤਾ ਸੀ ਮੋਟਰਸਾਈਕਲ 'ਤੇ ਤੋਰਾ ਫੇਰਾ ਕਾਗਜ਼ਾਂ ਪੱਤਰਾਂ ਦੇ ਕੰਮ ਮਤਲਬ ਮੈਂ ਕਣਕ ਲਾਹ ਆਉਣੀ ਮਿੱਲ 'ਚ ਉਹਨਾਂ ਨੇ ਪੈਸੇ 'ਤੇ ਲਾਭ ਦਾ ਮਤਲਬ ਟਰੈਕਟਰ ਦਾ ਏ ਟੂ ਜ਼ੀ ਖੇਤੀਬਾੜੀ ਸਾਰਾ ਮੈਂ ਕਰਦਾ ਹੁੰਦਾ ਫਿਰ ਕੰਪੈਨ ਵੀ ਲਈ ਇੰਟਰਸਟ ਪਿਆ ਕਿਉਂਕਿ ਯਾਰ ਵੋਇਸ ਆਫ ਪੰਜਾਬ ਦੇ ਵਿੱਚ ਤੁਸੀਂ ਸੈਕਿੰਡ ਰਨਰ ਅਪ ਸੀ ਹੈ ਨਾ ਫਸਟ ਕਿ ਸੈਕਿੰਡ ਸੀ ਤੁਸੀਂ ਨਹੀਂ ਮੈਂ ਸੈਕਿੰਡ ਰਨਰ ਤੁਸੀਂ ਸੈਕਿੰਡ ਰਨਰ ਅਪ ਸੀ ਪਰ ਜਿਹੜੇ ਵੀ ਬੰਦੇ ਉਹਦੇ ਵਿੱਚ ਹੈਗੇ ਸੀ ਉਹਨਾਂ ਵਿੱਚੋਂ ਅੱਜ ਦੇ ਟਾਈਮ 'ਚ ਦੇਖਿਆ ਜਾਵੇ ਤਾਂ ਤੁਹਾਡੇ ਹੀ ਗਾਣੇ ਸਾਰੇ ਫੇਮਸ ਹੁਣ ਤੱਕ ਹੋਏ ਆ ਵਧੀਆ ਗਾਣੇ ਸਾਰੇ ਮੈਂ ਤੁਸੀਂ ਤਰੱਕੀ ਕੀਤੀ ਉਸ ਉਹਨਾਂ ਕੰਟੈਸਟੈਂਟ ਨਾਲੋਂ ਤੁਸੀਂ ਸਭ ਤੋਂ ਜ਼ਿਆਦਾ ਕੀਤੀ ਸੀ ਇਹ ਮੈਂ ਸੋਚਦਾ ਹੁੰਦਾ ਵੀ ਸਾਡੇ ਜਿਵੇਂ ਜੱਦੋ ਜਹਿਦ ਜੇ ਵਾਲੇ ਸਿਸਟਮ ਹੈ ਇੱਥੋਂ ਹੀ ਸ਼ੁਰੂ ਖੂਨ 'ਚ ਹੀ ਸੀਗਾ ਅਸੀਂ ਰੁਕੇ ਹੀ ਨਹੀਂ ਕਦੀ ਅਸੀਂ ਵੇਟ ਨਹੀਂ ਕੀਤੀ ਕਿ ਚੱਲ ਹੁਣ ਵੋਇਸ ਆਫ ਪੰਜਾਬ ਤੋਂ ਨਿਕਲੇ ਹਾਂ ਹੁਣ ਸਾਨੂੰ ਕੋਈ ਆਫਰ ਆਵੇ ਫਿਰ ਅਸੀਂ ਨਾ ਉਸ ਤੋਂ ਪਹਿਲਾਂ ਚੱਲੇ ਹੋਏ ਸੀ ਵੋਇਸ ਆਫ ਪੰਜਾਬ ਤੋਂ ਪਹਿਲਾਂ ਚੱਲੇ ਇਨ ਦਾ ਸੈਂਸ ਕਿ ਗਾਣੇ ਗੁਣੇ ਵਾਲਾ ਕੰਮ ਸਾਡਾ ਸਟਾਰਟ ਸੀ ਪਹਿਲਾਂ ਹੀ ਠੀਕ ਆ ਅਤੇ ਫਿਰ ਸਾਡੇ ਉਦੋਂ ਬਾਅਦ 'ਚ ਗਾਣੇ ਗੁਣੇ ਅਸੀਂ ਰੁਕੇ ਹੀ ਨਹੀਂ ਮਿਊਜ਼ਿਕ ਪ੍ਰੋਡਿਊਸਰ ਲਿਰਿਸਿਸਟ ਕੀ ਅਸੀਂ ਛੱਡਿਆ ਹੀ ਕੋਈ ਨਹੀਂ ਤਾਨੇ ਵਿਹਣੇ ਧੱਕੇ ਤੋੜੇ ਵੜੇ ਮਤਲਬ ਖੇਤੀਬਾੜੀ ਦੇ ਨਾਲ ਨਾਲ ਹੀ ਇੰਟਰਸਟ ਪੈ ਗਿਆ ਕਿ ਅਸੀਂ ਸਿੰਗਿੰਗ ਵਾਲਾ ਇੰਟਰਸਟ ਬਚਪਨ ਤੋਂ ਹੀ ਜਿਵੇਂ ਗਾਉਣ ਦਾ ਸੀਗਾ ਮੇਰੇ ਤਾਇਆ ਜੀ ਪਿੱਛੇ ਘਰ ਜਿਨ੍ਹਾਂ ਦਾ ਉਹ ਗਾਉਂਦੇ ਸੀ ਅੱਛਾ ਅਤੇ ਉਹਨਾਂ ਦਾ ਸਿਸਟਮ ਐਵੇਂ ਸੀਗਾ ਕਿ ਉਹਨਾਂ ਦਾ ਪੂਰਨ ਸ਼ਾਹ ਕੋਟੀ ਹੋਰਾਂ ਤੋਂ ਉਹਨਾਂ ਨੇ ਸਿੱਖਿਆ ਮਾਸਟਰ ਸਿੰਘ ਦੇ ਫਾਦਰ ਸਾਹਿਬ ਹਾਂਜੀ 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 ਅਤੇ ਉਹਨਾਂ ਨੇ ਕੋਈ ਗਾਣਾ ਗੁਣਾ ਨਹੀਂ ਕੀਤਾ ਸੀ ਫਿਰ ਵੀ ਉਹਨਾਂ ਦੇ ਨਾ ਜਿਵੇਂ ਇੱਥੇ ਸਾਡੇ ਲਾਗੇ ਬੰਨੇ ਜਾਂ ਯੂਪੀ ਦੇ ਵਿੱਚ ਵਿਆਹਾਂ 'ਚ ਉਹਨਾਂ ਦੇ ਸ਼ੋਅ ਲੱਗਦੇ ਹੁੰਦੇ ਉਹਨਾਂ ਨੇ ਕਦੇ ਕਦੇ ਚੱਲ ਜਾਣਾ ਮਤਲਬ ਉਹਨਾਂ ਨੇ ਕਦੀ ਐਵੇਂ ਬਹਾ ਕੇ ਸਿਖਾਇਆ ਨਹੀਂ ਆ ਵੀ ਤੂੰ ਵੀ ਗਾ ਉਹ ਰੱਬ ਵੱਲੋਂ ਹੀ ਤੁਹਾਨੂੰ ਇੰਟਰਸਟ ਸੀ ਉਹ ਚੀਜ਼ ਦੇ ਵਿੱਚ ਹੈ ਨਾ ਸਕੂਲ ਜਾ ਕੇ ਕਿਤੇ ਮਤਲਬ ਨਰਸਰੀ 'ਚ ਉੱਦਾਂ ਹੀ ਕਿਤੇ ਸੀਟ 'ਤੇ ਬੈਠੇ ਤੋਂ ਗਾਇਆ ਗਿਆ ਅੱਛਾ ਟੀਚਰ ਨੇ ਬੁਲਾ ਲਿਆ ਉਹ ਜਿਵੇਂ ਸਟੇਡੀਅਮ 'ਚ ਢਾ ਦਿੰਦੇ ਹੁੰਦੇ ਸੀ ਆ ਜਾਓ ਜੀ ਮਾਈਕ ਫੜ ਕੇ ਆ ਜਾਓ ਜੀ ਪੋਇਮ ਸੁਣਾ ਦਿਓ ਪੀ ਟੀ ਦੇ ਵਿੱਚ ਪਾਠ ਕਰਦੇ ਹੁੰਦੇ ਸੀ ਫਿਰ ਉਹ ਬਾਬਿਆਂ ਦਾ ਸਕੂਲ ਹੋਣ ਕਰਕੇ ਅਤੇ ਗੁਰੂ ਘਰਾਂ 'ਚ ਜਦੋਂ ਆਪਣੇ ਸਾਸਾਂ ਹੁੰਦੀਆਂ ਹੈ ਨਾ ਹਾਂਜੀ ਹਾਂਜੀ ਗੁਰੂਆਂ ਦੇ ਹੁੰਦੇ ਆ ਵੱਖ ਵੱਖ ਸਿਸਟਮ ਦੇ ਠੀਕ ਹੈ ਠੀਕ ਉਹਨਾਂ 'ਚ ਮੇਰੇ ਤੋਂ ਧਾਰਮਿਕ ਗੀਤ ਉਹਨਾਂ ਨੇ ਗਵਾਉਣੇ ਅੱਛਾ ਅਤੇ ਉੱਥੋਂ ਪਹਿਲਾਂ ਧਾਰਮਿਕ ਜਿਹਾ ਰਿਹਾ ਮਾਹੌਲ ਮੇਰਾ ਸ਼ੁਰੂ ਸ਼ੁਰੂ 'ਚ ਤਾਂ ਘਰਦਿਆਂ ਨੂੰ ਕਈ ਵੀ ਆਪਣੇ ਜੱਥਿਆਂ ਵਾਲਿਆਂ ਨੇ ਵੀ ਕਹਿਣਾ ਵੀ ਮੁੰਡਾ ਸਾਨੂੰ ਦੇ ਦਿਓ ਹਾਂ ਹਾਂ ਕਿ ਆਪਣੇ ਨਾਲ ਰੱਖਣਾ ਜੀ ਹਾਂ ਮਾਤਾ ਫਿਰ ਆਖਣਾ ਵੀ ਨਹੀਂ ਬਈ ਸਾਡਾ ਇਕੱਲਾ ਇਕੱਲਾ ਛੱਡਣਾ ਠੀਕ ਹੈ ਇਹ ਚੀਜ਼ ਸ਼ੁਰੂ ਤੋਂ ਹੀ ਸੀਗੀ ਯਾਰ ਮੈਂ ਇੱਕ ਹੋਰ ਚੀਜ਼ ਵੇਖੀ ਤੁਹਾਡੀ ਜਿਹੜੀ ਸਾਰੀ ਟੀਮ ਆ ਸਾਰੇ ਗੁਰਸਿੱਖ ਆ ਜਿਹੜੇ ਤੁਹਾਡੇ ਉਹ ਨਾਲ ਬੋਡੀਗਾਰਡ ਹੁੰਦੇ ਆ ਉਹ ਵੀ ਗੁਰਸਿੱਖ ਆ ਉਹ ਲਾਡੀ ਵੀਰ ਆ ਜਿੱਦਾਂ ਉਹ ਮਿਲਿਆ ਵੀਰ ਦਾ ਸਿਕਿਉਰਿਟੀ ਦਾ ਕੰਮ ਪਹਿਲਾਂ ਤੋਂ ਹੀ ਹੈ ਨਾ ਠੀਕ ਹੈ ਮਤਲਬ ਵਧੀਆ ਸਿਸਟਮ ਉਹਨਾਂ ਦਾ ਹਾਂਜੀ ਹਾਂਜੀ ਅਤੇ ਉਹ ਅਚਾਨਕ ਹੀ ਜਦੋਂ ਮੈਂ ਸਿੰਗਿੰਗ ਕਰੀਅਰ 'ਚ ਸਟਾਰਟ ਕੀਤਾ ਸੀ ਅਤੇ ਅਸੀਂ ਐਵੇਂ ਕਿਸੇ ਵਿਆਹ 'ਤੇ ਵੈਸੇ ਐਜ਼ ਅ ਗੈਸਟ ਗਏ ਸੀਗੇ ਠੀਕ ਆ ਅਤੇ ਉੱਥੇ ਮਿਲਿਆ ਸੀ ਵੀਰ ਉਹ ਕਿਸੇ ਆਰਟਿਸਟ ਦੇ ਨਾਲ ਆਏ ਸੀਗੇ ਓਕੇ ਅਤੇ ਮੈਨੂੰ ਉਹਨਾਂ ਦਾ ਬਹੁਤ ਸੋਹਣਾ ਲੱਗਿਆ ਸਿਸਟਮ ਅਤੇ ਉਹਨਾਂ ਨੂੰ ਅਸੀਂ ਹੁਣ ਜਿਵੇਂ ਗਾਂਹ ਸ਼ੋਅ ਸ਼ੂ ਸ਼ੂ ਹਾਂਜੀ ਹਾਂਜੀ ਸਾਨੂੰ ਆਪ ਉੱਥੇ ਉਹ ਬਿਗ ਬੈਂਗ ਜਦੋਂ ਗਾਣੇ ਸ਼ੂਟ ਹੀ ਉਦੋਂ ਹੀ ਮਿਲੇ ਭਾਅ ਜੀ ਹੁਣ ਉਹ ਵੀਰ ਜਿੱਥੇ ਵੀ ਹੁੰਦੇ ਜਿੱਥੇ ਤੁਹਾਡਾ ਸ਼ੂਟ ਹੁੰਦਾ ਉਹ ਨਾਲ ਹੁੰਦੇ ਆ ਸ਼ੂਟ ਸ਼ੋਅ ਜਾਂ ਕਿਤੇ ਵੀ ਜਾਣਾ ਵੀਰ ਨਾਲ ਹੁੰਦਾ ਠੀਕ ਹੈ ਠੀਕ ਇੱਕ ਮੇਰੀ ਮਾਸੀ ਦਾ ਬੇਟਾ ਆ ਨਾਲ ਬਾਣੇ 'ਚ ਅੱਛਾ ਉਹ ਬੇਟਾ ਨੰਦ ਸਿੰਘ ਹਾਂ ਇਹ ਮਾਸੀ ਦਾ ਬੇਟਾ ਮਾਸੀ ਦਾ ਬੇਟਾ ਠੀਕ ਹੈ ਠੀਕ ਹੈ ਅਤੇ ਇਹ ਵੀ ਇਹਨੂੰ ਵੀ ਮਤਲਬ 3-4 ਸਾਲ ਹੋ ਗਏ ਇਹ ਟਕਸਾਲ 'ਚ ਸੀਗਾ ਪਹਿਲਾਂ ਠੀਕ ਹੈ ਅਤੇ ਉੱਥੋਂ ਜਦੋਂ ਇਹ ਆ ਗਿਆ ਫਿਰ ਮੈਂ ਇਹਨੂੰ ਕਿਹਾ ਵੀ ਤੂੰ ਇੱਥੇ ਫਿਰ ਪਿੰਡਾਂ ਪੁੰਡਾਂ ਤੁਹਾਨੂੰ ਪਤਾ ਆਪਣਾ ਮਾਹੌਲ ਥੋੜ੍ਹਾ ਜਿਹਾ ਜਿਹੜਾ ਤੁਹਾਡਾ ਏਰੀਆ ਵਾ ਵੀਰੇ ਹੁਣ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਏਰੀਆ ਨਾ ਕਾਫੀ ਲਾ ਲਓ ਕਿ ਯੂਪੀ ਦੇ ਵਿੱਚ ਇੰਨਾ ਜ਼ਿਆਦਾ ਡਿਵੈਲਪ ਨਹੀਂ ਆ ਮਤਲਬ ਜਿਹੜੀ ਆ ਸੜਕ ਬਾਈ ਹੁਣ ਦੇ ਘਰ ਨੂੰ ਆਉਂਦੀ ਆ 10-15 ਮਿੰਟ ਸੜਕ ਕਾਫੀ ਟੁੱਟੀ ਹੋਈ ਆ ਮਤਲਬ ਕਿ ਹਲੇ ਹੋਰ ਇੰਨੀ ਜ਼ਿਆਦਾ ਇੱਥੇ ਡਿਵੈਲਪਮੈਂਟ ਹੋਈ ਨਹੀਂ ਆ ਅੱਜ ਆਏ ਜੇ ਅੱਜ ਤੇ ਹੁਣ ਮੈਂ ਨਾ ਬਹੁਤ ਜ਼ਿਆਦਾ ਵਧੀਆ ਹੋ ਗਿਆ ਵਾ ਅੱਜ ਤੋਂ ਮਤਲਬ ਜਦੋਂ ਅਸੀਂ ਸਟਾਰਟ ਕੀਤਾ ਸੀ ਹਾਂਜੀ ਅਰੇ ਭਰਾਵਾ ਤੈਨੂੰ ਕੀ ਦੱਸੀਏ ਨਾ ਬਿਜਲੀ ਨਾ ਬੱਤੀ ਆ ਰੋਡ ਆ ਜਿਵੇਂ ਦਾ ਆਏ ਆ ਇਹ ਤੋਂ 100 ਗੁਣਾ ਟੁੱਟਾ ਉਹ ਜਿਹੜਾ ਮਗਰ ਤੁਸੀਂ ਹਾਈਵੇ ਤੇ ਆਏ ਹੋਣੇ ਕਿਤੇ ਉਹ ਹੁੰਦਾ ਹੈ ਉਹਨੇ ਸਾਡੇ 10 ਸਾਲ ਖਾਦੇ ਆ ਹੋ ਸਾਡੇ 10 ਸਾਲ ਉਦਾਂ ਹੀ ਰਿਹਾ ਉਹ ਬਹੁਤ ਮਤਲਬ 10-10 ਸਾਲ ਬਹੁਤ ਐਵੇਂ ਰਿਹਾ ਸਿਸਟਮ ਠੀਕ ਹੈ ਉੱਧਰ ਜਾਣਾ ਕਿਤੇ ਹੁਣ ਕਣਕ ਝੋਨਾ ਲੈ ਕੇ ਤੇ 2.5-3 ਘੰਟੇ ਲੱਗ ਜਾਣੇ ਉੱਥੇ ਉੱਧਰ ਜਾਣ ਜੇ ਹੁਣ ਆਹ 20 ਮਿੰਟਾਂ ਦਾ ਰਾਹ ਹੀ
ਤੁਹਾਡੇ ਇੱਥੇ ਬੱਤੀ ਵੀ ਏਦਾਂ ਆਉਂਦੀ ਸੀ ਇੱਕ ਹਫ਼ਤਾ ਦਿਨੇ ਇੱਕ ਹਫ਼ਤਾ ਰਾਤੀ ਬੜੇ ਨਜ਼ਾਰੇ ਲਏ ਭਰਾਵਾ ਅਸੀਂ ਤਾਂ ਏ ਸੀ ਉਸੀ ਜਿਹਾ ਇੱਥੇ ਹੁਣ ਲੋਕਾਂ ਨੇ ਹੁਣ ਪਿਛਲੇ 3-4 ਸਾਲਾਂ ਤੋਂ ਵੇਖੇ ਆ ਮਤਲਬ ਮਾਹੌਲ ਬੜੀ ਲੇਟ ਮੇਹਰ ਹੋਈ ਆ ਸਾਡੇ ਏਰੀਏ ਤੇ ਇਹ ਏਰੀਏ ਦਾ ਨਾ ਆੜਾ ਮਤਲਬ ਕਿ ਇੱਥੇ ਜ਼ਿਆਦਾਤਰ ਲਾਗੇ ਬੰਨੇ ਪੰਜਾਬੀਆਂ ਦੇ ਘਰ ਆ ਮੇਰੀ ਰਹਿਸ਼ ਬਹੁਤ ਘੱਟ ਆ ਇਹ ਏਰੀਏ ਦੇ ਵਿੱਚ ਹੁਣ ਜਿੱਦਾਂ ਆਪਣੀ ਇਹ ਜ਼ਮੀਨ ਆ ਹਾਂਜੀ ਅਸੀਂ ਇਸ ਜ਼ਮੀਨ 'ਚ ਆਪਣੇ 3 ਘਰ ਆ ਹਾਂਜੀ ਹਾਂਜੀ ਉਹ ਘਰ ਜਿਹੜਾ ਉਹਨਾਂ ਦੀ ਆਪਦੀ ਜ਼ਮੀਨ 'ਚ ਉਹ ਬੈਠੇ ਆ ਠੀਕ ਆ ਉੱਧਰ ਇੱਕ ਹੋਰ ਆ ਲਾਗੇ ਮਤਲਬ ਇੱਕ ਇੱਕ ਪਰਿਵਾਰ ਜਿਵੇਂ ਢਾਣੀਆਂ ਦੋ ਦੋ ਤਿੰਨ ਤਿੰਨ ਚਾਰ ਚਾਰ ਘਰ ਹੁਣ ਉਹ 3 ਪਰਿਵਾਰ ਨੇ ਪਰ ਉਹ ਜੁਆਇੰਟ ਫੈਮਿਲੀ 'ਚ ਇੱਕੋ ਘਰ 'ਚ ਬੈਠੇ ਆ ਹੁਣ ਸਾਡਾ ਜਿੱਦਾਂ ਜੁਆਇੰਟ ਫੈਮਿਲੀ ਨਹੀਂ ਆ ਤਾਂ ਸਾਡੇ 3 ਘਰ ਨੇ ਹਾਂਜੀ ਹਾਂਜੀ ਇੱਦਾਂ ਸਿਸਟਮ ਆ ਠੀਕ ਆ ਹੁਣ ਏਰੀਆ ਵੇਖ ਲਓ ਜਿਵੇਂ ਦਾ ਹੈਗਾ ਇੱਥੋਂ ਉੱਠ ਕੇ ਬਾਬੇ ਨੇ ਕਿੱਡੀ ਮਿਹਰ ਕੀਤੀ ਕਿੱਥੇ ਮੈਂ ਵੀ ਉਹੀ ਕਹਿਣਾ ਕਿ ਆਹ ਤੁਹਾਡੇ ਯੂਪੀ ਤੋਂ ਚੰਡੀਗੜ੍ਹ ਤੱਕ ਦਾ ਸਫ਼ਰ ਤੁਹਾਡਾ ਕਿਵੇਂ ਦਾ ਸੀ ਮਤਲਬ ਕਿ ਮਤਲਬ ਅਸੀਂ ਸਾਨੂੰ ਮਤਲਬ ਹੋਇਆ ਕਿ ਉਦੋਂ ਅੱਗ ਜੀ ਬਹੁਤ ਸੀ ਅੰਦਰ ਇਹ ਚੀਜ਼ਾਂ ਫੀਲ ਨਹੀਂ ਹੋਈਆਂ ਸਾਨੂੰ ਐਵੇਂ ਲੱਗਦਾ ਸੀ ਕਿ ਨੋਰਮਲ ਜ਼ਿੰਦਗੀ ਇਹੋ ਜਿਹੀ ਹੋਈ ਆ ਸਾਰੇ ਕਿਤੇ ਚੱਕਾ ਚੌਂਹ 'ਤੇ ਅਸੀਂ ਉੱਧਰ ਜਾ ਕੇ ਪੰਜਾਬ 'ਚ ਵੇਖੀ ਵੀ ਸਾਲੇ ਡੈਵਲਪ ਜਿਹੇ ਏਰੀਏ ਵੀ ਹੈਗੇ ਆ ਜਦੋਂ ਅਸੀਂ ਆਏ ਨਾ ਰਸਤੇ 'ਚ ਆ ਰਹੇ ਹਾਂ ਅਤੇ ਅਸੀਂ ਮੈਂ ਇਹੀ ਸੋਚ ਰਿਹਾ ਮਨ ਦੇ ਵਿੱਚ ਕਿ ਵੀਰੇ ਨੇ ਕਿੱਦਾਂ ਇਹ ਪਿੰਡ ਤੋਂ ਉੱਠ ਕੇ ਚੰਡੀਗੜ੍ਹ ਤੱਕ ਜਾਣਾ ਆਪਣਾ ਨਾਂ ਬਣਾਉਣਾ ਗਾਇਕੀ ਦੇ ਵਿੱਚ ਸਿੱਧੂ ਮੂਸੇਵਾਲੇ ਬਾਈ ਦੇ ਨਾਲ ਸੇਮ ਫਿਲਮ ਦੇ ਵਿੱਚ ਗਾਣਾ ਆਉਣਾ ਕਿੱਦਾਂ ਦੀ ਮਤਲਬ ਫੀਲਿੰਗ ਯਾਰ ਬੰਦੇ ਨੂੰ ਹੁੰਦਾ ਕਿ ਮਿਹਨਤ ਕੀਤੀ ਮਿਹਨਤ ਦਾ ਫਲ ਮਿਲਿਆ ਵਾ ਉਹਦਾ ਸਿੱਧੂ ਵੀਰ ਦਾ ਆਇਆ ਸੀ ਮੈਨੂੰ ਲੱਗਦਾ ਮੇ 'ਚ ਗਾਣਾ ਆਇਆ ਸੀਗਾ ਪਹਿਲਾਂ ਸੋਹਾਈ ਹਾਂਜੀ ਤੇ ਸੋਹਾਈ ਕਿ ਦੂਜਾ ਸੀਗਾ ਉਹ ਪਹਿਲਾਂ ਉਹ ਵਾਲਾ ਕੀ ਨਾਮ ਸੀ ਉਹ ਗਾਣੇ ਦਾ ਰੱਖ ਕਿਰਪਾਨਾ ਉੱਤੇ ਖਾਂਦੇ ਰੋਟੀਆਂ ਤੇ ਆਪਣਾ ਜੀ ਵੈਗਨ ਜੀ ਆਪਣਾ ਜੀ ਵੈਗਨ ਲਾਈ ਚ ਆਇਆ ਸੀਗਾ ਸਟਾਰਟਿੰਗ ਜੇ ਸੀਗਾ ਸਾਡਾ ਅੱਛਾ ਉਹਦੇ ਜਦੋਂ ਸਿੱਧੂ ਭਾਈ ਦਾ ਗਾਣਾ ਆਇਆ ਉਹਦੇ ਨਾਲ ਹੀ ਤੁਹਾਡਾ ਆਇਆ ਹਾਂ ਮਤਲਬ ਉਹ ਮੈਂ ਇਹੀ ਰੱਬ ਵੱਲੋਂ ਚਲੋ ਹਾਂਜੀ ਫਿਰ ਉਦੋਂ ਬਾਅਦ ਫਿਲਮ ਦਾ ਗਾਣਾ ਉਹ ਡਾਲਰ ਸੀਗਾ ਵੀਰ ਦਾ ਆਪਣਾ ਮਰਜ਼ੀ ਦੇ ਫੈਸਲੇ ਸੀਗਾ ਉਦੋਂ ਫੀਲਿੰਗ ਕਿੱਦਾਂ ਦੀ ਸੀ ਮੈਂ ਤੈਨੂੰ ਸੱਚੀ ਦੱਸਾਂ ਦਿਮਾਗ 'ਚ ਕਦੀ ਇਹੋ ਜਿਹੀਆਂ ਚੀਜ਼ਾਂ ਆਈਆਂ ਨਹੀਂ ਹਨ ਕਿਉਂਕਿ ਸਟਰਗਲ ਬਹੁਤ ਕੀਤਾ ਪਹਿਲਾਂ ਮਤਲਬ ਐਂ ਹੁਣ ਐਵੇਂ ਨਹੀਂ ਉਹ ਸਟਰਗਲ ਹੋਣ ਲੱਗਦਾ ਵੀ ਜਦੋਂ ਹੁਣ ਮਤਲਬ ਇੰਨੀ ਸੋਹਣੀ ਜ਼ਿੰਦਗੀ 'ਚ ਉੱਥੇ ਬੈਠੇ ਹਾਂ ਰੱਬ ਵੱਲੋਂ ਚਲੋ ਵਧੀਆ ਇੱਥੇ ਵੀ ਉਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ ਨਾ ਉਦੋਂ ਕਿ ਜ਼ਿੰਦਗੀ ਇੰਨੀ ਫੁੱਲਾਂ 'ਤੇ ਵੀ ਹੁੰਦਾ ਕੰਮ ਏਡਾ ਉਹਨਾਂ ਦੇ ਕੰਡਿਆਂ ਨੂੰ ਲੱਗਦਾ ਹੁੰਦਾ ਵੀ ਆਹੀ ਆਹ ਜ਼ਿੰਦਗੀ ਇਹੀ ਗੁਲਾਬ ਆ ਵਧੀਆ ਹੱਸ ਖੇਡ ਕੇ ਕੀਤਾ ਵਾ ਪਰ ਹੋਣ ਲੱਗਦਾ ਵੀ ਯਾਰ ਕਿਵੇਂ ਦਾ ਮਾਹੌਲ ਸੀ ਕਿੱਥੋਂ ਕਿੱਧਰ ਚੱਲੇ ਆ 60-65 ਕਿਲੋਮੀਟਰ ਭੂਆ ਦਾ ਘਰ ਆ ਸਾਡੀ ਦਾ ਪੂਰਨਪੁਰ ਕੋਲ ਉੱਥੋਂ ਤੱਕ ਜਾਂਦਿਆਂ ਜਾਂਦਿਆਂ ਕਈ ਬੱਸਾਂ ਕਈ ਮੈਜਿਕਾਂ ਕਈ ਜੀਪਾਂ ਬਦਲ ਦਿੰਦੇ ਹਾਂ ਅੱਗੇ ਦਾ ਕੀ ਪਲੈਨ ਤੁਹਾਡਾ ਮੂਵੀ ਮਾ ਵੀ ਕੋਈ ਐਕਟਿੰਗ ਵਾਲੀ ਲਾਈਨ ਦੇ ਵਿੱਚ ਇਹ ਆਵਾਂਗੇ ਮੈਂ ਤੇ ਉਹ ਘਰ ਦੇ ਹੀ ਪੁੱਛ ਦਿੰਦੇ ਹੁਣ ਜਿਵੇਂ ਆਪਣੇ ਦੇਸੀ ਦੇ ਬੰਦੇ ਉਹ ਕਈ ਵਾਰੀ ਪੁੱਛ ਲੈਂਦੇ ਵੀ ਹਾਂ ਫਿਲਮ 'ਚ ਕਰਾਉਣਾ ਫਿਲਮ 'ਚ ਕਦੋਂ ਆਉਣਾ ਬੁਲਾਣੇ ਦੀ ਆ ਗਈ ਉਹਦੀ ਆ ਗਈ ਮੈਂ ਟੈਨਸ਼ਨ ਨਾ ਲਓ ਜੇ ਗਾਣੇ ਆ ਗਏ ਆ ਨਾ ਫਿਲਮ ਆ ਗਈ ਕੋਈ ਚੱਕਰ ਉਹ ਮੈਨੂੰ ਥੋੜ੍ਹਾ ਜਿਹਾ ਇੱਦਾਂ ਯਾਰ ਕਿ ਹੁਣ ਇਸ ਕੰਮ ਦਾ ਵੱਲ ਆ ਆਪਾਂ ਨੂੰ ਗਾਣਿਆਂ ਗੁਣਿਆਂ ਦਾ ਹੈ ਨਾ ਹੁਣ ਵੀ ਰੱਬ ਵੱਲੋਂ ਹਜੇ ਮਤਲਬ ਤਾਂ ਗਾਣਿਆਂ 'ਚ ਹੀ ਬੜੀਆਂ ਚੀਜ਼ਾਂ ਪੈਂਡਿੰਗ ਪਈਆਂ ਜਿਹੜੀਆਂ ਵੀ ਸੋਚਦੇ ਹਾਂ ਨਵਾਂ ਕਰਨਾ ਇੰਨਾ ਪੈਸਾ ਲਾ ਦੇਣਾ ਕਿਸੇ ਚੀਜ਼ 'ਤੇ ਮਤਲਬ ਪੁੱਠੇ ਸਿੱਧੇ ਕੰਮ ਹਜੇ ਗਾਣਿਆਂ 'ਚ ਹੀ ਰਹਿੰਦੇ ਬਹੁਤ ਕਰਨ ਵਾਲੇ ਸੋ ਮੈਂ ਨਹੀਂ ਚਾਹੁੰਦਾ ਕਿ ਇਹ ਪ੍ਰੋਸੈਸ ਚੱਲਦੇ ਵਿੱਚ ਹੀ ਕੋਈ ਨਵੀਂ ਡਿਸਟਰੈਕਸ਼ਨ ਆ ਜੇ ਡਿਸਟਰੈਕਸ਼ਨ ਨਹੀਂ ਹੈ ਉਹ ਵੀ ਕੰਮ ਆ ਪਰ ਉਸ ਚੀਜ਼ ਦਾ ਹਜੇ ਹਿਸਾਬ ਨਹੀਂ ਹੈਗਾ ਸਟੋਰੀਆਂ ਆਈਆਂ ਵੀ ਆ ਕਈ ਵਾਰੀ ਕੋਈ ਸਟੋਰ ਰਾਈਟਰ ਆਉਂਦਾ ਵੀ ਫਿਲਮ ਹੈ ਨਾ ਇੱਦਾਂ ਅਤੇ ਉਹ ਓਡਾ ਸਵਾਦ ਜਿਹਾ ਵੀ ਨਹੀਂ ਆ ਰਿਹਾ ਅਤੇ ਮੈਨੂੰ ਐਂ ਲੱਗਦਾ ਵੀ ਜੇ ਨਹੀਂ ਤਾਂ ਫਿਰ ਆ 2-2.5 ਸਾਲਾਂ ਨੂੰ ਜਦੋਂ ਆਪਣਾ ਹੋ ਗਿਆ ਆਪ ਹੀ ਪ੍ਰੋਡਿਊਸ ਪ੍ਰਡਾਸ ਕਰ ਲਾਂਗੇ ਫਿਲਮ ਫਿਲਮ ਇੱਕ ਅੱਧਾ ਬੰਦਾ ਪਾ ਗਿਆ ਵਿੱਚ ਠੀਕ ਹੈ ਠੀਕ ਹੈ ਅਤੇ ਪਿੰਡ ਚੰਡੀਗੜ੍ਹ ਤੋਂ ਵੈਸੇ ਤੁਸੀਂ ਚੰਡੀਗੜ੍ਹ ਰਹਿੰਦੇ ਹੈ ਨਾ ਹਾਂ ਉੱਥੇ ਹੁਣ ਵੀ ਰਹਿਣਾ ਹੀ ਤੁਹਾਨੂੰ ਪਤਾ ਹੀ ਹੋਣਾ ਕਿਉਂਕਿ ਇੰਡਸਟਰੀ ਸਾਰੀ ਉੱਥੇ ਆ ਉੱਦਾਂ ਮੈਂ ਬੜੀ ਏਰੀਆ ਨਾ ਹੀ ਬਾਬੇ ਨਾਲ ਅਕਸਰ ਗੱਲ ਕਰਦਾ ਹੁੰਦਾ ਮੈਂ ਵੀ ਯਾਰ ਜੇ ਆਪਣਾ ਪਿੰਡ ਪੰਜਾਬ ਹੁੰਦਾ ਤੇ ਅਸੀਂ ਤਾਂ ਨਹੀਂ ਰਹਿੰਦੇ ਹਾਂ ਮੋਹਾਲੀ ਹੁਣ ਪਿੰਡ ਹੀ ਇੰਨੀ ਦੂਰ ਹੈ ਸਾਨੂੰ 12 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਕਿਤੇ ਨਜ਼ਾਰੇ ਆਉਂਦੇ ਯਾਰ ਕਿੰਨੀ ਕੁ ਦੇਰ ਪਰ ਗੇੜਾ ਮਾਰਦੇ ਹੋ ਮਹੀਨੇ ਡੇਢ ਮਹੀਨੇ ਬਾਅਦ ਜਾਂ ਜ਼ਿਆਦਾ ਹਾਂ ਮਤਲਬ ਮਹੀਨਾ ਡੇਢ ਮਹੀਨਾ 2 ਮਹੀਨੇ ਤਾਂ ਪਾ ਹੀ ਲਈਦੇ ਆ ਠੀਕ ਆ ਅਤੇ ਜਦੋਂ ਵੀ ਟਾਈਮ ਲੱਗ ਜਾਵੇ ਕਈ ਵਾਰੀ 4-4 ਮਹੀਨੇ ਵੀ ਲੰਘੇ ਕਈ ਵਾਰੀ ਹੁਣ ਜਿੱਦਾਂ ਨਵੰਬਰ ਤੋਂ ਫਰਵਰੀ ਮਾਰਚ ਤੱਕ ਸ਼ੋਅ ਸ਼ੋਅ ਹੁੰਦੇ ਆ ਨਹੀਂ ਟਾਈਮ ਲੱਗਦਾ ਪਰ ਯਾਰ ਪਿੰਡ ਨਾਲ ਦੀ ਰੀਸ ਥੋੜ੍ਹੀ ਨਾ ਯਾਰ ਇੱਥੇ ਜਦੋਂ ਸਵੇਰੇ ਜਦੋਂ ਪਿੰਡ ਆ ਕੇ ਰਹਿੰਦੇ ਹੋ ਹੈ ਨਾ ਸਵੇਰੇ ਉੱਠਦੇ ਹੋਣੇ ਵਿਹੜੇ 'ਚ ਇੱਦਾਂ ਆਉਂਦੇ ਹੋਣੇ ਵੇਖਦੇ ਹੋਣੇ ਪ੍ਰਾਊਡ ਫੀਲ ਹੁੰਦਾ ਕਿ ਹੈ ਨਾ ਪੂਰੀ ਦੁਨੀਆ ਦੇ ਵਿੱਚ ਫੈਲੇ ਹੋ ਜਿੱਥੇ ਆਪਣੇ ਪੰਜਾਬੀ ਸਾਰੇ ਪਿਆਰ ਕਰਦੇ ਆ ਹੋਰ ਵੀ ਤੁਹਾਡੇ ਗਾਣੇ ਚੱਲਦੇ ਆ ਕਿ ਆਹ ਪਿੰਡ ਤੋਂ ਉੱਠ ਕੇ ਕਿਉਂਕਿ ਸ਼ੁਰੂਆਤ ਹੀ ਸਾਰੀ ਇੱਥੋਂ ਕੀਤੀ ਹੈ ਨਾ ਇਸੇ ਘਰ ਤੋਂ ਇਸੇ ਪਿੰਡ 'ਚੋਂ ਕੀਤੀ ਸ਼ੁਰੂਆਤ ਉਦੋਂ ਕੁਛ ਵੀ ਨਹੀਂ ਸੀ ਅਤੇ ਅੱਜ ਬਹੁਤ ਵਧੀਆ ਨਾਂ ਆ ਤੁਹਾਡਾ ਯਾਰ ਬਹੁਤ ਵਧੀਆ ਗਾਣੇ ਨੇ ਬਾਬੇ ਦਾ ਯਾਰ ਬੜੀ ਮਿਹਰ ਕੀਤੀ ਹੈ ਮੈਂ ਆਹਨਾ ਹੁੰਦਾ ਵੀ ਯਾਰ ਸਾਡੇ ਘਰਦਿਆਂ ਦੇ ਕੋਈ ਚੰਗੇ ਕੰਮ ਘੁੰਮਾਉਣਗੇ ਜਿਨ੍ਹਾਂ ਦੇ ਸਾਨੂੰ ਫਲ ਮਿਲੀ ਜਾਂਦੇ ਆ ਸਾਡਾ ਤਾਂ ਚੱਲ ਹੁਣ ਕੀ ਆ ਸਿਸਟਮ ਜਿਹਾ ਇਹ ਨਵਾਂ ਗਾਣਾ ਨੈਵਰ ਐਂਡਿੰਗ ਉਹ ਵੀ ਬਹੁਤ ਸੋਹਣਾ ਆਉਂਦੇ ਹੁੰਦੇ ਗੱਡੀ 'ਚ ਵੱਜ ਰਿਹਾ ਸੀ ਵੈਸੇ ਪਹਿਲਾਂ ਮੈਂ ਸੁਣਿਆ ਨਹੀਂ ਮੈਂ ਤੁਹਾਨੂੰ ਟੂ ਵੀ ਗਾਉਂਦੇ ਸੀ ਯਾਰ ਨਹੀਂ ਆ ਦੋ ਤਿੰਨ ਦਿਨ ਦਾ ਟਾਈਮ ਗਈ ਯਾਰੀ ਬੰਦੇ ਹਾਂ ਤੇ ਗੱਡੀ 'ਚ ਆਉਂਦੇ ਹੁੰਦੇ ਹੀ ਤੇ ਇਦਾਂ ਹੀ ਆਪਣੀ ਗੱਲਬਾਤ ਹੋ ਰਹੀ ਸੀ ਕਿ ਬਾਈ ਦੇ ਪਿੰਡ ਜਾਣਾ ਵਾ
ਤੇ ਇੱਦਾਂ ਮੈਂ ਯੂਟਿਊਬ ਸਰਚ ਕਰਕੇ ਜਿਹੜੀ ਚੀਜ਼ ਆਪਾਂ ਬੋਲਦੇ ਨਾ ਫੋਨ ਡਿਟੈਕਟ ਕਰ ਲੈਂਦਾ ਉਹਦੇ ਵਿੱਚ ਆਪਾਂ ਜਦੋਂ ਔਨ ਕਰਦਾ ਮਾਈਕਰੋਫੋਨ ਅਤੇ ਕੁਦਰਤੀ ਬਾਈ ਦਾ ਉੱਤੇ ਗਾਣਾ ਆ ਗਿਆ ਮੈਨੂੰ ਪਤਾ ਨਹੀਂ ਯਾਰ ਐਕਚੁਅਲ ਦੇ ਵਿੱਚ ਕਿਉਂਕਿ ਅਸੀਂ ਸਨੈਪਚੈਟ 'ਤੇ ਜ਼ਿਆਦਾ ਐਡ ਹਾਂ ਗੱਲਾਂਬਾਤ ਕਰਦੇ ਹਾਂ ਪਰ ਗਾਣਾ ਬਹੁਤ ਸੋਹਣਾ ਯਾਰ ਧੰਨਵਾਦ ਅਤੇ ਅੱਗੇ ਅੱਗੇ ਕੀ ਗਾਣਾ ਆ ਰਿਹਾ ਕੋਈ ਜਾਂ IP ਆ ਰਹੀ ਕਿੱਦਾਂ ਅੱਗੇ ਮਤਲਬ ਇੱਕ ਮੈਂ ਹੁਣੇ ਪਿੱਛੇ ਜੇ ਪਾਈ ਵੀ ਸੀ ਡ੍ਰੀਮ ਪ੍ਰੋਜੈਕਟ ਦਾ ਹਾਂਜੀ ਉਹ ਇੱਕ ਜਿਵੇਂ ਈਪੀ ਕਰਨੀ ਆ ਰਿਲੀਜ਼ ਅਸੀਂ ਹਾਂਜੀ ਅਤੇ ਉਹ ਸਾਰਾ ਬਣਿਆ ਪਿਆ ਆਡੀਓ ਆਡੀਓ ਸਭ ਮਿਕਸ ਮਾਸਟਰ ਡ੍ਰੀਮ ਪ੍ਰੋਜੈਕਟ ਉਹਦੇ ਵਿੱਚ ਕੁਛ ਦੱਸੋ ਉਸ ਚੀਜ਼ ਬਾਰੇ ਕਿ ਡ੍ਰੀਮ ਪ੍ਰੋਜੈਕਟ ਡ੍ਰੀਮ ਪ੍ਰੋਜੈਕਟ ਦਾ ਨਾਮ ਉਹਨੂੰ ਮੈਂ ਤਾਂ ਦਿੱਤਾ ਆ ਇੱਕ ਉਹਦੇ 'ਚ ਇੱਕ ਗਾਣਾ ਆ ਹਾਂਜੀ ਜਿਹਦੇ ਨਾਲ ਅਸੀਂ ਈਪੀ ਖੋਲ੍ਹਣੀ ਆ ਮਤਲਬ ਪਹਿਲੀ ਵੀਡੀਓ ਵੀ ਜਿੱਦਾਂ ਰਿਲੀਜ਼ ਕਰਨੀ ਹਾਂ ਪਹਿਲਾ ਗਾਣਾ ਅਤੇ ਉਹ ਜਿਵੇਂ ਉਸ ਜੋਨਰ ਦਾ ਗਾਣਾ ਮੇਰਾ ਹਜੇ ਤੱਕ ਨਹੀਂ ਆਇਆ ਹੁਣ ਕਈਆਂ ਨੇ ਸੁਣਿਆ ਜਿਵੇਂ ਕੰਪਨੀਆਂ ਕਈ ਵਾਰੀ ਆਪਣੇ ਕੋਲ ਆ ਜਾਂਦੀਆਂ ਭਾਈ ਗਾਣਾ ਦਾ ਇੱਦਾਂ ਨਾ ਜਦੋਂ ਮੈਂ ਉਹ ਗਾਣਾ ਸੁਣਾਉਂਦਾ ਭਾਈ ਗਾਣਾ ਬਹੁਤ ਸੋਹਣਾ ਇੱਦਾਂ ਕਰਾਂਗੇ ਉੱਦਾਂ ਕਰਾਂਗੇ ਫਿਰ ਉਹ ਨਾਲ ਇੱਕ ਗੱਲ ਕਹਿੰਦੇ ਯਾਰ ਤੁਹਾਡੀ ਆਡੀਅੰਸ ਉਹ ਐਵੇਂ ਆ ਤੁਹਾਨੂੰ ਲੋਕਾਂ ਨੇ ਐਵੇਂ ਦਾ ਸੁਣਿਆ ਅਤੇ ਫਿਰ ਮੈਂ ਕਿਹਾ ਮੈਂ ਵੀ ਇਸੇ ਚੀਜ਼ ਦਾ ਤਾਂ ਸਵਾਦ ਆ ਵੀ ਉਹ ਗਾਣੇ EP ਆ ਰਹੀ ਆ ਉਹਦੇ 'ਚ 5 ਗਾਣੇ ਆ 5 ਦੇ ਵਿੱਚ ਮੇਰਾ ਨਿੱਜੀ ਸਵਾਦ ਮੈਨੂੰ ਜਿਹੜੀਆਂ ਚੀਜ਼ਾਂ ਗਾਉਣ 'ਚ ਵਧੀਆ ਲੱਗੀਆਂ ਜਿਹਨਾਂ ਨੇ ਮੈਨੂੰ ਆਨੰਦ ਦਿੱਤਾ ਹਾਂ ਅਤੇ ਉਹ ਸੈਟਿਸਫੈਕਸ਼ਨ ਹੁੰਦੀ ਇੱਕ ਉਹ ਚੀਜ਼ ਗਾ ਕੇ ਜਦੋਂ ਥੋੜ੍ਹਾ ਜਿਹਾ ਬੈਟਰੀ ਦਾ ਪੰਗਾ ਪੈ ਗਿਆ ਸੀ ਅਤੇ ਮੌਸਮ ਹੁਣ ਥੋੜ੍ਹਾ ਵਧੀਆ ਹੋ ਗਿਆ ਯਾਰ ਠੰਡੀ ਠੰਡੀ ਹਵਾ ਚੱਲ ਪਈ ਆ ਮੀਂਹ ਜਿਹਾ ਲੱਗਿਆ ਸ਼ੁਰੂ ਹੋਣ ਪਰ ਮਾਹੌਲ ਸੈੱਟ ਜਿਹਾ ਆ ਗਿਆ ਮੀਂਹ ਅਸੀਂ ਕਹਿ ਕੋਈ ਗੱਲ ਨਹੀਂ ਮੀਂਹ 'ਚ ਪੋਡਕਾਸਟ ਕਰਦੇ ਇੱਦਾਂ ਹੀ ਇੱਦਾਂ ਕੈਮਰਾ ਚੱਕ ਕੇ ਅੰਦਰ ਭੱਜਾ ਕੇ ਮੀਂਹ ਦੇ ਵਿੱਚ ਹੀ ਅਤੇ ਵੀਰੇ ਇੱਕ ਹੋਰ ਗੱਲ ਦੱਸੋ ਕਿ ਜਦੋਂ ਆਪਾਂ ਗਾਣੇ ਗੁਣੇ ਆਪਣੇ ਚੱਲ ਗਏ ਠੀਕ ਹੈ ਸਭ ਤੋਂ ਪਹਿਲਾਂ ਗਾਣਾ ਇਹ ਸਾਫ ਹਾਂਜੀ ਮਿੱਤਰਾਂ ਦੇ ਗੋਤ ਪਿੱਛੇ ਬਦਲੀ ਉਹਦੀਆਂ ਦੋ ਲਾਈਨਾਂ ਹੋ ਜੇ ਪਹਿਲਾਂ ਦੇ ਹਾਂ ਮਿਹਨਤ ਮੈਂ ਨਾ ਮਿਹਨਤ ਸਾਰੇ ਕਰਦੇ ਯਾਰ ਇੱਕ ਜਿਹੜੀ ਚੀਜ਼ ਮੈਟਰ ਕਰਦੀ ਆ ਨਾ ਉਹ ਕਰਦੀ ਆ ਨੀਤ ਮਤਲਬ ਜੋ ਮੈਂ ਹੁਣ ਤੱਕ ਨਿਚੋੜ ਕੱਢਿਆ ਜ਼ਿੰਦਗੀ ਦੇ ਗੇੜ ਜੇ ਚੋਂ ਕਿ ਜੇ ਆਪਾਂ ਬਹੁਤ ਜ਼ਿਆਦਾ ਹਾਰਡ ਵਰਕ ਕਰ ਰਹੇ ਹਾਂ ਪਰ ਸਾਡੀ ਜੇ ਨੀਤ 'ਚ ਇੰਨੀ ਕੁ ਵੀ ਖੋਟ ਆ ਗਈ ਨਾ ਉਹ ਸਾਰੇ ਦਾ ਕੋਈ ਫਾਇਦਾ ਨਹੀਂ ਹੁਣ ਅਤੇ ਜੇ ਆਪਾਂ ਕਿਤੇ ਮਿਹਨਤ ਘੱਟ ਕਰ ਲਈ ਪਰ ਆਪਣੀ ਨੀਤ ਬਹੁਤ ਕਲੀਨ ਆ ਆਪਾਂ ਕਿਸੇ ਦਾ ਮਾੜਾ ਨਹੀਂ ਕਰ ਰਹੇ ਹੈ ਨਾ ਕਿਸੇ ਦਾ ਖੋਇਆ ਨਹੀਂ ਕਿਸੇ ਦੀ ਲੱਤ ਨਹੀਂ ਖਿੱਚੀ ਫਿਰ ਰੱਬ ਕਹਿੰਦਾ ਯਾਰ ਤੂੰ ਚਿੱਲ ਕਰ ਯਾਰ ਰੰਗ ਬਿਰੰਗੀ ਦੁਨੀਆਂ ਵੇਖਦੇ ਹੋਣਾ ਨਾ ਵੀ ਜਦੋਂ ਆਪਣੇ ਘਰਦਿਆਂ ਨਾਲ ਕੰਪੇਅਰ ਕਰੀਦਾ ਫਿਰ ਵੇਖੀਦਾ ਯਾਰ ਇਹ ਤੇ ਕਿੰਨੇ ਭੋਲਿਆ ਕਰਦੇ ਆਪਣੇ ਫਿਰ ਕਿਤੇ ਨਾ ਕਿਤੇ ਉਹ ਭਰਾਵਾ ਦੁਨੀਆਂ ਤੇ ਹੁਣ ਜੇ ਮੈਂ ਨਾ ਇਹੋ ਜਿਹਾ ਸਿਸਟਮ ਹੈ ਕਿ ਜੇ ਅੱਖ ਮੀਚ ਕੇ ਕਿਤੋਂ ਲੰਘ ਗਿਆ ਤੇ ਬੰਦਾ ਇਹ ਨਹੀਂ ਪਤਾ ਲੱਗਣਾ ਵੀ ਕੀ ਰਹਿ ਗਿਆ ਮਗਰ ਕੀ ਕੱਢ ਲਿਆ ਕਿਸੇ ਨੇ ਕੋਈ ਇਹੋ ਜਿਹੀ ਗੱਲ ਦੱਸੋ ਆਪਣੀ ਲਾਈਫ ਦੀ ਕਿ ਇੱਦਾਂ ਮਤਲਬ ਕਿ ਕੋਈ ਕਿਸੇ ਨੇ ਕੋਈ ਮਾੜੀ ਕੀਤੀ ਹੋਵੇ ਉਹ ਇੱਥੇ ਤਾਂ ਬੜਾ ਕੁਛ ਆ ਮੇਰਾ ਵੀਰ ਹੁਣ ਕੀ ਦੱਸਾਂਗੇ ਕਿਸੇ ਨੂੰ ਹੈ ਨਾ ਯਾਰ ਮੈਂ ਨਾ ਕਿ ਜਿੰਨੇ ਵੀ ਲੋਕ ਜਿੰਨਿਆਂ ਨੂੰ ਮਿਲੀਦਾ ਵਾ ਜੇ ਉਹਨਾਂ ਦੇ ਅੰਦਰ ਪਈਦਾ ਮਾੜਾ ਮੋਟਾ ਫਿਰ ਵੇਖੀਦਾ ਇੰਨਾ ਕਾਲਾ ਵੀ ਅੰਦਰ ਇੰਨਾ ਕਾਲਾ ਫਿਰ ਹੁਣ ਤਾਂ ਆਪਣਾ ਸਿਸਟਮ ਹੀ ਅਸੀਂ ਰੱਖ ਲਿਆ ਨਾ ਛੋਟਾ ਜਿਹਾ ਸਰਕਲ ਆ 2-4 ਜਾਣੇ ਆ ਜਿਹੜੇ ਨਾਲ ਰਹਿੰਦੇ ਆ ਉਹੀ ਆ ਜਾਂ ਆਪਦੇ ਪਰਿਵਾਰ ਨਾਲ ਰਾਬਤਾ ਘਰਦਿਆਂ ਨਾਲ ਟੱਚ 'ਚ ਰਹੀਦਾ ਜਾਂ ਅਸੀਂ ਜਿਹੜੇ ਕੰਮ ਕੁੰਮ ਵਾਲੇ ਆਪਣੇ ਵੀਰ ਭਰਾ ਨਾਲ ਹੋਰ ਮਹਿਲਾ ਮੈਂ ਤਾਂ ਯਾਰ ਮੈਂ ਸਿਸਟਮ ਇਹ ਰੱਖਿਆ ਜੀ ਜੇ ਕਿਸੇ ਨਾਲ ਕੰਮ ਹੈ ਆਪਾਂ ਨੂੰ ਉਹਦੇ ਨਾਲ ਹਾਏ ਹੈਲੋ ਕਰੋ ਦਿਲੋਂ ਵਧੀਆ ਰਿਸਪੈਕਟ ਕਰੋ ਮਿਲੋ ਹਾਂ ਵੀ ਆਪਾਂ ਕਿਸੇ ਨਾਲ ਕੰਮ ਕਰਨਾ ਉਹਨੂੰ ਪੈਸੇ ਦੇ ਕੇ ਕੰਮ ਲੈ ਲਓ ਜੇ ਕਿਸੇ ਕੋਈ ਆਪਣੇ ਤੋਂ ਕੰਮ ਲੈ ਰਿਹਾ ਉਹਨੂੰ ਕਹੋ ਵੀ ਮੈਂ ਇੰਨੇ ਪੈਸੇ ਲੈਣੇ ਮੇਰੇ ਤੋਂ ਕੰਮ ਲੈ ਲਾ ਬਹੁਤਾ ਡੀਪ ਜਾਓ ਹੀ ਨਾ ਯਾਰ ਫਿਰ ਆਪਾਂ ਸੌਖੇ ਰਹਿੰਦੇ ਹਾਂ ਜਦੋਂ ਆਪਾਂ ਉਹ ਲਿਹਾਜ਼ਾਂ 'ਚ ਪੈ ਜਾਂਦੇ ਨਾ ਫਿਰ ਆਪਾਂ ਨੂੰ ਬੰਦਾ ਮਾੜਾ ਵੀ ਲੱਗਦਾ ਕਿਉਂਕਿ ਹੁਣ ਯਾਰ ਸਾਰੇ ਤਾਂ ਚੰਗੇ ਹੁੰਦੇ ਨੇ ਸੋ ਹਾਂ ਬੰਦਾ ਹੁੰਦਾ ਕਈ ਕੰਮਾਂ 'ਚ ਚੰਗਾ ਹੁੰਦਾ ਵਾ ਕਿਸੇ ਬੰਨੇ ਮਾੜਾ ਹੁੰਦਾ ਇੱਥੇ ਬੜਾ ਕੁਛ ਹੈ ਤਾਂ ਹੀ ਹੁਣ ਸਾਰਾ ਕੁਛ ਕਿ ਮੱਛੀ ਪੱਥਰ ਚੱਟ ਕੇ ਮੁੜਾਈ ਆ ਪਿੱਛੇ ਹੁਣ ਚੁੱਪ ਕਰਕੇ ਬੈਠੇ ਫੁੱਲਾ ਫੁੱਲਾ ਜਿਹਾ ਕੰਮ ਕਰੀ ਜਾਂਦੇ ਹਾਂ ਆਪਦਾ ਫਿਰ ਸਾਫ ਗਾਣੇ ਕਿਦੋਂ ਲੈ ਜਾਂਦੇ ਹਾਂ ਉਹਨਾਂ ਦਾ ਸੁਣ ਲਈਏ ਪਿੱਛੇ ਚੱਲਣ ਦਾ ਜਿਹੜਾ ਉਹ ਦਿਨ ਚੜ੍ਹਦਾ ਤੇ ਸੂਰਜ ਦਿਖਾਉਂਦਾ ਲਾਲੀਆਂ ਅਸੀਂ ਯਾਰੀ ਚਲੀ ਕਰਦੇ ਦਲਾਲੀਆਂ ਉਹ ਠੁੱਕ ਏਰੀਏ ਦੇ ਵਿੱਚ ਪੂਰੀ ਯਾਰ ਦੀ ਕਹਿੰਦੇ ਸ਼ਾਹੂਕਾਰ ਸਾਰੇ ਹੀ ਜਨਾਬ ਨੀ ਆਹ ਮਿੱਤਰਾਂ ਦੇ ਗੋਤ ਪਿੱਛੇ ਬੱਲੀਏ ਮੱਲੋ ਮੱਲੀ ਲੱਗ ਜਾਂਦਾ ਸਾਹਬ ਨੀ
ਮਿੱਤਰਾਂ ਦੇ ਗੋਤ ਪਿੱਛੇ ਬੱਲੀਏ ਮੱਲੋ ਮੱਲੀ ਲੱਗ ਜਾਂਦਾ ਸਾਵਣੀ ਨੈਵਰ ਐਂਡਿੰਗ ਉਹਦੀ ਵੀ ਤੋਂ ਲੈਣਾ ਹੋ ਜਾਣਾ ਉਹਦਾ ਗਾਣਾ ਬੜਾ ਉਹ ਪੁੱਟਾ ਫਲੋ ਵਾਲਾ ਗਾਣਾ ਫਲੋ ਵਾਲਾ ਉਹ ਮੈਂ ਤੁਹਾਨੂੰ ਦੱਸਦਾ ਉਹਦੀ ਇੱਕ ਬੜੀ ਇੰਟਰਸਟਿੰਗ ਗੱਲ ਜਿਹੜੇ ਵੀਰ ਨੇ ਲਿਖਿਆ ਜੋਤ ਸੰਧੂ ਉਹ ਆਪਣੇ ਅੰਮ੍ਰਿਤਸਰ ਵੱਲ ਦਾ ਹੀ ਆ ਉਹ 10ਵੀਂ 11ਵੀਂ 'ਚ ਪੜ੍ਹਦਾ ਬਤਿੰਦਰ ਅੱਛਾ ਅੰਮ੍ਰਿਤਸਰ ਦਾ ਵਾ ਅੰਮ੍ਰਿਤਸਰ ਦਾ ਠੀਕ ਆ ਅਤੇ ਉਹਦਾ ਛੋਟੇਪੁਰ ਪਿੰਡ ਆ ਛੋਟੇਪੁਰ ਛੋਟੇਪੁਰ ਇਹ ਮਤਲਬ ਗੁਰਦਾਸਪੁਰ ਦੇ ਲਾਗੇ ਬੰਨੇ ਗੁਰਦਾਸਪੁਰ ਉਹ ਮਤਲਬ ਆ ਹੁਣ ਇੱਧਰ ਵਾਲੇ ਇਹ ਸਾਨੂੰ ਤੇ ਹੁਣ ਗੁਰਦਾਸਪੁਰ ਅੰਮ੍ਰਿਤਸਰ 'ਚ ਹੀ ਲੱਗਦਾ ਜਿੱਦਾਂ ਕਹਿਣਾ ਅੰਮ੍ਰਿਤਸਰ ਚੱਲੇ ਕਾਫੀ ਮਲੀ ਹਟਵਾ ਵਾ ਹਾਂ ਉਹ ਨਿਗਾਹ ਜਿਹਾ ਉਹਦੀ ਏਜ ਅਤੇ ਉਹ ਮੈਨੂੰ ਅਚਾਨਕ ਟੱਕਰਿਆ ਮੇਰੇ ਇੰਸਟਾਗ੍ਰਾਮ ਲਾਈਵ 'ਚ ਉਹਨੇ ਲਾਈਵ ਚੱਲਦੇ ਚੱਲਦੇ ਦੋ ਤਿੰਨ ਲਾਈਨਾਂ ਲਿਖ ਕੇ ਅਤੇ ਗਾਣੇ ਦੀਆਂ ਜਿਵੇਂ ਭੇਜੀਆਂ ਫਿਰ ਮੈਂ ਉਹਨੂੰ ਡੀ ਐਮ ਕੀਤਾ ਮੈਂ ਛਡਾਈਆ ਵੀ ਐਵੇਂ ਨਹੀਂ ਲਿਖੀ ਦਾ ਹੁੰਦਾ ਵੀ ਯਾਰ ਤੇਰਾ ਕੀ ਪਤਾ ਲੱਗਣਾ ਤੂੰ ਕਿਹੜਾ ਬੜੀਆਂ ਰਜਿਸਟਰ ਕਰਾ ਕੇ ਰੱਖੀਆਂ ਹੋਈਆਂ ਕੱਲ੍ਹ ਨੂੰ ਗਾਣਾ ਫਿਰ ਉਹਦੇ ਨਾਲ ਹਾਏ ਹੈਲੋ ਜੀ ਹੋਈ ਫਿਰ ਉਹਨੇ ਦੇ ਝੜੀ ਗਾਣਿਆਂ 'ਤੇ ਗਾਣੇ ਭੇਜੇ ਮੈਨੂੰ ਫਿਰ ਉਹਨੂੰ ਮੈਂ ਮਿਲਿਆ ਗਾਣਾ ਫਿਰ ਪਸੰਦ ਆਇਆ ਗਾਣੇ ਉਹਦੇ ਬਹੁਤ ਹੋਰ ਅੱਗੇ ਵੀ ਕਰਾਂਗੇ ਗਾਣੇ ਬਹੁਤ ਸੋਹਣੇ ਲਿਖਦਾ ਉਹ ਛੋਟਾ ਵਾ ਹਜੇ ਉਮਰ ਛੋਟੀ ਆ ਅੱਗੇ ਕਿਸੇ ਆਰਟਿਸਟ ਨਾਲ ਕੋਈ ਕਲੈਬ ਦਾ ਪਲਾਨ ਜਾਂ ਕੋਈ ਤੁਹਾਡੀ ਡ੍ਰੀਮ ਕਲੈਬ ਹੋਵੇਗੀ ਯਾਰ ਆਹ ਬੰਦੇ ਨਾਲ ਮੈਂ ਕਲੈਬ ਕਰਨੀ ਹੈ ਕਲੈਬ ਯਾਰ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਮੇਰਾ ਸਿਸਟਮ ਬੜਾ ਅਜੀਬ ਜਿਹਾ ਵਾ ਵੇਖੋ ਜਿੱਥੇ ਕਿ ਗਰਾਰੀ ਅੜ ਜਾਂਦੀ ਉਹ ਪੂਰ ਲੈਂਦੀ ਆ ਹੁਣ ਮੈਂ ਐਵੇਂ ਮੇਰੇ ਦਿਮਾਗ 'ਚ ਹਜੇ ਹੈ ਨਹੀਂ ਕਲੈਬ ਮੈਂ ਕਰਨੀ ਆ ਮੈਨੂੰ ਕਈ ਵਾਰੀ ਕਹਿ ਵੀ ਦਿੰਦੇ ਹੁਣ ਜਿਵੇਂ ਟੀਮ ਆ ਅਗਲਿਆਂ ਦਾ ਕੰਮ ਭਾਜੀ ਕਲੈਬ ਕਰੀਏ ਉਹ ਮੈਂ ਨਾ ਹੁੰਦਾ ਯਾਰ ਆਪਦਾ ਜਿਹਾ ਰੱਖਦੇ ਹਾਂ ਕੰਮ ਠੀਕ ਆ ਬਹੁਤ ਸੋਹਣਾ ਆਪਾਂ ਨੂੰ ਲੋਕ ਸੁਣੀ ਜਾਂਦੇ ਆ ਉਹਨਾਂ ਕੁ ਠੀਕ ਆ ਇਹ ਵੀ ਨਹੀਂ ਕਹਿੰਦਾ ਮੈਂ ਕਰੂੰਗਾ ਨਹੀਂ ਕਦੀ ਸਬੱਬ ਬਣ ਜੂਗਾ ਹੁਣ ਇੱਕ ਅੱਧਾ ਵੀਰ ਹੈਗਾ ਉਹਨਾਂ ਨਾਲ ਮੇਰੀ ਗੱਲ ਚੱਲੀ ਜਾਂਦੀ ਆ ਉਹ ਮੈਨੂੰ ਐਜ਼ ਅ ਪਰਸਨ ਬਹੁਤ ਵਧੀਆ ਲੱਗਦਾ ਸਿਸਟਮ ਜਿਹੜੇ ਗੱਲਾਂ ਗੁੱਲਾਂ ਰੈਪਰ ਹੀ ਆ ਉਹ ਚੱਲ ਹਜੇ ਰਿਵੀਲ ਨਹੀਂ ਕਰਦੇ ਆਪਾਂ ਅਤੇ ਜੇ ਉਹ ਹਜੇ ਤਾਂ ਮੈਂ ਕੋਈ ਉਹਦੇ ਨਾਲ ਇਹ ਵੀ ਨਹੀਂ ਗੱਲ ਕੀਤੀ ਕਿ ਆਪਾਂ ਕਰਾਂਗੇ ਕਲੈਬ ਹਾਂ ਮਤਲਬ ਉਹਨਾਂ ਉਦੋਂ ਮੈਨੂੰ ਵਧੀਆ ਲੱਗਿਆ ਉਹਨੂੰ ਮੈਂ ਮੈਸੇਜ ਕੀਤਾ ਉਹਨੂੰ ਐਪਰੀਸ਼ੀਏਟ ਕੀਤਾ ਨਾ ਵੀ ਇੱਦਾਂ ਬਹੁਤ ਸੋਹਣਾ ਲੱਗਦਾ ਅਤੇ ਪਾਕਿਸਤਾਨ ਦਾ ਆ ਬੰਦਾ ਇਹ ਹਾਂ ਅਤੇ ਬਣਿਆ ਤਾਂ ਕਰਾਂਗੇ ਵਧੀਆ ਹੁਣ ਆ ਪਿੱਛੇ ਮੈਂ ਫਤਿਹ ਵੀਰ ਨਾਲ ਕੀਤੇ ਫਤਿਹ ਡੀ ਓ ਈ ਉਹਨਾਂ ਨੇ ਦੋ ਗਾਣੇ ਉਹ ਵੈਸੇ ਸਬੱਬੀ ਇੱਕ ਪਹਿਲਾਂ ਬਲੈਕ ਜੇਜ਼ ਬਣਿਆ ਸੀ ਅਤੇ ਉਹ ਮਨੀ ਨਹੀਂ ਨਹੀਂ ਹਾਂ ਪਹਿਲਾਂ ਮਨੀ ਸੰਧੂ ਨੇ ਬਣਾਇਆ ਸੀ ਫਿਰ ਉਹ ਮਰਸੀ ਵੀਰ ਨੇ ਬਣਾਇਆ ਅਤੇ ਫਿਰ ਉੱਦਾਂ ਹੀ ਵੈਸੇ ਨਮਾਨ ਵੀਰ ਨੇ ਲਿਖਿਆ ਅਤੇ ਉਹ ਕਹਿੰਦਾ ਵੀ ਇੱਦਾਂ ਕਰ ਲੈਂਦੇ ਹੁਣ ਪਾ ਲਓ ਮੈਂ ਉਹਨਾਂ ਨਾਲ ਗੱਲ ਕੀਤੀ ਅਤੇ ਉਹ ਬਣ ਗਿਆ ਕੋਈ ਉਹ ਐਂ ਨਹੀਂ ਕਿ ਮੇਰਾ ਐਵੇਂ ਤਾਂ ਸਿਸਟਮ ਨਹੀਂ ਆ ਹੁਣ ਗਾਣੇ ਇੰਨੇ ਬਣੇ ਪਏ ਆ ਅਤੇ ਕਿਸੇ ਦੇ ਵਿੱਚ ਕੋਈ ਅੜ ਗਿਆ ਵਿੱਚ ਅਤੇ ਆਜੂਗੀ ਕਲੈਬਾਂ ਵੀ ਕਰ ਲਾਂਗੇ ਸਾਰੇ ਆਰਟਿਸਟਾਂ ਨੂੰ ਬਹੁਤ ਪਿਆਰ ਕਰਦੇ ਹਾਂ ਰੈਪ ਰੈਪ ਵਾਲੇ ਤਾਂ ਰੈਪਰ ਜੇ ਮੈਨੂੰ ਬਹੁਤ ਵਧੀਆ ਲੱਗਦੇ ਕਿਉਂਕਿ ਰੈਪ ਇੱਕ ਉਹ ਚੀਜ਼ ਆ ਯਾਰ ਆਪਾਂ ਖੁੱਲ੍ਹ ਕੇ ਦਿਲ ਦੀਆਂ ਗੱਲਾਂ ਕੋਈ ਉਹਦੇ 'ਚ ਰਿਸਟ੍ਰਿਕਸ਼ਨ ਨਹੀਂ ਹੁੰਦੀ ਤੁਸੀਂ ਆਹ ਨਹੀਂ ਕਹਿਣਾ ਉਹ ਨਹੀਂ ਕਹਿਣਾ ਹੁਣ ਜੋ ਮਰਜ਼ੀ ਧੱਕੀ ਹੋਵੇ ਵਧੀਆ ਲੱਗਦੀਆਂ ਉਹ ਚੀਜ਼ਾਂ ਕਰਾਂਗੇ ਗਾਹਾਂ ਕਲੈਬਾਂ ਅਤੇ ਲਾਈਫ ਦਾ ਜਦੋਂ ਤੁਸੀਂ ਪੂਰੇ ਇੱਕ ਤਾਂ ਮੈਂ ਪ੍ਰੋਪਰ ਸਿੰਗਰ ਬਣ ਗਿਆ ਨਾ ਪਹਿਲਾਂ ਲਾਈਵ ਸ਼ੋਅ ਕਿੱਥੇ ਅਤੇ ਕਿਹੜਾ ਲਾਇਆ ਸੀ ਅਤੇ ਕਦੋਂ ਪਹਿਲਾਂ ਲਾਈਵ ਸ਼ੋਅ ਓਹੋ ਪਹਿਲਾਂ ਲਾਈਵ ਸ਼ੋਅ ਲਾਏ ਸੀ ਅਤੇ ਉਦੋਂ ਫੀਲਿੰਗ ਕਿੱਦਾਂ ਦੀ ਮਤਲਬ ਕਿ ਲਾਇਆ ਸੀ ਬਠਿੰਡੇ ਇਹਨਾਂ ਨਰਵਸਨੈਸ ਹੈਗੀ ਸੀ ਪਹਿਲੇ ਗਾਣਾ ਸੀਗਾ ਪਹਿਲੇ ਗਾਣਾ ਆਇਆ ਸੀ ਉਦੋਂ ਮਤਲਬ ਹਾਂ ਮੈਂ ਪਹਿਲੇ ਗਾਣੇ ਤੋਂ ਬਾਅਦ 'ਚ ਮੈਂ 8-10 ਸ਼ੋਅ ਲਾਤੇ ਸੀ ਅੱਛਾ ਹਾਂ ਜਿਹੜਾ ਪਹਿਲਾ ਸ਼ੋਅ ਕਿੱਥੇ ਲਾਇਆ ਬਠਿੰਡੇ ਸੀਗਾ ਅਤੇ ਉਹ ਵਿਚਾਰੇ ਆ ਗਏ ਹੈ ਨਾ ਬੁੱਕ ਕਰਨ ਉਹਨਾਂ ਨੇ ਵੋਇਸ ਆਫ ਪੰਜਾਬ 'ਚ ਵੀ ਮੈਨੂੰ ਸੁਣਿਆ ਸੀ ਉਹ ਜਦੋਂ ਬੁੱਕ ਕਰਨਾ ਮੈਂ ਘਰੇ ਬੈਠਾ ਸੀ ਫਲੈਟ 'ਤੇ ਮੈਨੂੰ ਬੜਾ ਡਰ ਲੱਗੇ ਯਾਰ ਇਹ ਹੁਣ ਸ਼ੋਅ ਬੁੱਕ ਕਰਨ ਆ ਗਏ ਮੈਂ ਤਾਂ ਲਾਏ ਕਦੀ ਨਹੀਂ ਆ ਅਤੇ ਮੈਂ ਨਾਲਦਿਆਂ ਨੂੰ ਮੈਂ ਆਖਿਆ ਮੈਂ ਹਾਂ ਵੀ ਹੁਣ ਮਾਨਤਾ ਅਗਲਿਆਂ ਨਾਲ ਜਿਵੇਂ ਕਹਿੰਦੇ ਕਰ ਲਓ ਬੁੱਕ ਕਰ ਲਓ ਮੈਂ ਹਾਂ ਫਿਰ ਹੁਣ ਜਦੋਂ ਹੁਣ ਮੈਂ ਗੱਲ ਪਾ ਹੀ ਲਿਆ ਢੋਲ ਵਜਾਵਾਂਗੇ ਤਾਂ ਹੈ ਤੁਸੀਂ ਬੁੱਕ ਕਰੋ ਅਤੇ ਭਰਾਵਾ ਅਸੀਂ ਉਹਨਾਂ ਦਾ ਸ਼ੋਅ ਬਾਅਦ 'ਚ ਸਾਜੀ ਸੂਜੀ ਸਾਡੇ ਜਿਵੇਂ ਕੱਲ੍ਹ ਸ਼ੋਅ ਆ ਅੱਜ ਸ਼ਾਮ ਨੂੰ ਅਸੀਂ ਸਾਜੀ ਲੱਭਣ ਦੇ ਹਾਂ ਵੀ ਸਾਡੇ ਨਾਲ ਚੱਲੋ ਯਾਰ ਅਸੀਂ ਸ਼ੋਅ ਲਾਉਣਾ ਯਾਰ ਨਵੇਂ ਸੀ ਸਾਡਾ ਕਸੂਰ ਥੋੜ੍ਹੀ ਇੱਕ ਸਾਊਂਡ ਸੀਗਾ ਉਹ ਗੋਨਿਆਣੇ ਦਾ ਸਾਊਂਡ ਆ ਉਹ ਉਹਨਾਂ ਨਾਲ ਸਾਡੀ ਹਾਏ ਹਲੋ ਹੈਗੀ ਸੀ ਉਹ ਕਰ ਲਿਆ ਸਾਊਂਡ ਅਗਲੇ ਦਿਨ ਤੜਕੇ ਸਾਜੀਆਂ ਨਾਲ ਪੂਰੀ ਸਾਡੀ ਬਹਿਸ ਸੁਣਦੀ ਮੈਂ ਆਉਣਾ ਮੈਂ ਨਹੀਂ ਆਉਣਾ ਉਹ ਨਲਕਾ ਨਾ ਗੇੜੋ ਅਤੇ ਆ ਗਏ ਅਸੀਂ ਚਲੇ ਗਏ ਭਰਾਵਾ ਬੜਾ ਡਰ ਲੱਗੇ ਯਾਰ ਉਹ ਤਾਂ ਫੀਲਿੰਗ ਮੇਰੇ ਕੋਲ ਵੀਡੀਓ ਵੀ ਹੋਣੀ ਆ ਮੈਂ ਆਪ ਵੀ ਨਹੀਂ ਵੇਖਦਾ ਹੁਣ ਤੇ ਸਟੇਜ ਤੇ ਚੜ੍ਹ ਲੱਗਿਆ ਹਾਂ ਮੈਂ ਚੜ੍ਹਿਆ ਗਾਇਆ ਗੂਇਆ ਵੀ ਵਧੀਆ ਅਤੇ ਮਤਲਬ ਵਧੀਆ ਕੀ ਹੁਣ ਇੱਕ ਗਾਣਾ ਸੀ ਆਪਣਾ ਉਹ ਤੋਂ ਬਾਅਦ 'ਚ ਹੁਣ ਬਾਕੀ ਤਾਂ ਸਾਰੇ ਫੋਕ ਚਲੋ ਗਾਉਂਦੇ ਹਾਂ ਸ਼ੁਰੂ ਤੋਂ ਯਾਦ ਸੀ ਗਾਣੇ ਫੋਕ ਗਾਈ ਗਏ ਜੋੜੀ ਆ ਗਈ ਜੋੜੀ ਵਾਲੇ ਗਾ ਲਏ ਪਰ ਮੈਨੂੰ ਬੜੀ ਵਰਸਟ ਲੱਗਦੀ ਸੀ ਆਪਣੀ ਉਹ ਸਟੇਜ ਵੀ ਹੁਣ ਵੇਖਦਾ ਵੀ ਉਹ ਯਾਰ ਪਰ ਫਿਰ ਐਂ ਲੱਗਦਾ ਵੀ ਇੱਥੋਂ ਮੈਂ ਸਟਾਰਟ ਕੀਤਾ ਸੀ ਜੇ ਉੱਥੇ ਸਟੇਜ 'ਤੇ ਚੜ੍ਹਦੇ ਤਾਂ ਸਟੇਜ ਕਰ ਹੀ ਨਹੀਂ ਸਕਦੇ ਨਾ ਅਤੇ ਫਿਰ ਉਦੋਂ ਬਾਅਦ ਜਿਹੜਾ ਦੂਜਾ ਸ਼ੋਅ ਲਾਇਆ ਮੈਂ
ਉਹ ਫਿਰ ਮੈਨੂੰ ਪੂਰਾ ਵਧੀਆ ਹਿਸਾਬ ਆ ਗਿਆ। ਮੈਂ ਬਹਿ ਜਾ ਨਹੀਂ ਪਰ ਲਾਈ ਨਵਿਆਂ ਜਿਹਾ ਵਾਂਗੂ, ਪਰ ਪਹਿਲੇ ਨਾਲੋਂ ਮੱਚ ਬੈਟਰ ਸੀ ਉਹ, ਸਾਡੇ ਆਪਦੇ ਏਰੀਏ 'ਚ ਸੀਗਾ ਦੂਜਾ। ਹਾਂ ਥੋੜ੍ਹਾ ਉਹ ਵੀ ਕੌਨਫੀਡੈਂਸ ਹੀ ਬਣ ਜਾਂਦਾ। ਹਾਂ ਵੀ ਆਪਣੇ ਲੋਕ ਆ, ਇੱਥੇ ਕੁੱਟ ਕੱਟ ਨਹੀਂ ਪੈਂਦੀ। ਨਹੀਂ ਨਹੀਂ ਕੁੱਟ ਤਾਂ ਪੈ ਵੀ, ਚਲੋ ਨਿੱਕੇ ਸੀ ਯਾਰ ਉਦੋਂ। ਯਾਰ ਮੈਨੂੰ ਲੱਗਦਾ 18-19 ਸਾਲਾਂ ਦਾ ਜਦੋਂ ਗਾਣਾ ਆ ਗਿਆ, ਜਦੋਂ ਸਾਹਿਬ ਗਾਣਾ ਉਦੋਂ 19 ਸਾਲ ਦੇ ਸੀ। ਹਾਂ 19-20 ਸਾਲਾਂ ਦਾ ਸੀ ਉਦੋਂ ਹੀ, ਬਸ ਉਸੇ ਸਾਲ ਹੀ ਸ਼ੋਅ ਲੱਗ ਗਿਆ, ਉਸੇ ਸਾਲ ਹੀ ਕੈਨੇਡਾ ਦਾ ਟੂਰ ਆ ਗਿਆ ਮੈਨੂੰ, ਉਹ ਬੁੱਕ ਹੋ ਗਿਆ। ਉਦੋਂ ਬਾਅਦ 'ਚ ਇੱਕ ਗਾਣਾ ਚਰਚੇ ਆਇਆ ਸੀ, ਦੋ ਗਾਣੇ ਆਏ ਤੇ ਚੱਕ ਕੈਨੇਡਾ ਦਾ ਟੂਰ, ਅਸੀਂ ਕੈਨੇਡਾ ਸ਼ੋਅ ਲਾਉਣ ਦਾ 6 ਸ਼ੋਅ ਸੀ। ਮੈਂ ਹੋਰ ਇੱਕ ਗਾਣਾ ਉੱਥੇ ਜਾ ਕੇ ਰਿਲੀਜ਼ ਕੀਤਾ ਸੀ ਬਾਅਦ 'ਚ। ਜਦੋਂ ਤੁਸੀਂ ਸਿੰਗਿੰਗ ਲਾਈਨ 'ਚ ਆਏ ਹੋ, ਹੈ ਨਾ, ਬੰਦੇ ਨਾਲ ਹੁੰਦਾ ਨਾ ਯਾਰ ਇੱਕ ਮੇਰਾ ਇਹ ਫੇਵਰੇਟ ਆਰਟਿਸਟ ਆ, ਤੁਹਾਡਾ ਫੇਵਰੇਟ ਆਰਟਿਸਟ ਕੌਣ ਸੀ, ਪਹਿਲਾਂ ਕੌਣ ਸੀ ਅਤੇ ਹੁਣ, ਕਿਉਂਕਿ ਬੰਦੇ 'ਚ ਨਾ ਚੇਂਜ ਹੁੰਦਾ ਰਹਿੰਦਾ ਵਾ। ਮਤਲਬ ਪਹਿਲਾਂ ਜਿਵੇਂ ਪਹਿਲਾਂ ਜਿੱਦਾਂ ਹੁਣ ਪਹਿਲਾਂ ਸਾਰਿਆਂ ਨਾਲ ਸੁਣਦੇ ਹਾਂ ਪੁਰਾਣਿਆਂ ਨੂੰ, ਜਿਵੇਂ ਹੁਣ ਵਾਹੀ ਕਰੀਦੀ ਸੀ, ਜਾਂ ਕਈ ਵਾਰੀ ਜੋ ਨਿੱਕੇ ਹੁੰਦੇ ਹਾਂ ਭਾਪਾ ਜੀ ਦੇ ਨਾਲ ਟ੍ਰੇਟਰ 'ਤੇ ਬੈਠੇ ਰਹਿਣਾ, ਉਤਰਨਾ ਇੰਨਾ ਵਾ, ਇਹ ਬੜੀ ਜਿੱਦ ਬੜੀ ਕੁੱਟ ਖਾਧੀ ਇਹ ਚੀਜ਼ ਤੋਂ, ਪਹਿਲੀ ਬਹੁਤ ਜਾਣਾ ਅਤੇ ਘਰਦਿਆਂ ਨੇ ਕਹਿਣਾ ਵੀ ਸੌਂਏਗਾ ਨੀਂਦ ਆਊਗੀ ਡਿੱਗੇਗਾ, ਇੰਨਾ ਸੌਂਦਾ ਨਹੀਂ ਮੈਂ, ਬੈਠ ਬਹਿਣਾ ਟ੍ਰੇਟਰ ਦੇ ਨਾਲ ਹੀ। ਉਹ ਗਾਣੇ ਗੁਣੇ ਚੱਲਦੇ ਰਹਿੰਦੇ ਸੀ, ਮਤਲਬ ਸਾਡੇ ਮਾਹੌਲ ਸੀਗਾ ਗਾਣੇ ਗੁਣੇ ਦਾ ਐਵੇਂ, ਅਤੇ ਪੁਰਾਣੇ ਹਰਭਜਨ ਮਾਨ ਸਾਹਿਬ ਹੋਣੀ, ਕੁਲਦੀਪ ਮਾਣਕ ਹੋਣੀ, ਅਤੇ ਸੁਰਜੀਤ ਬਿੰਦਰਖਿਆ ਸਾਹਿਬ ਨੂੰ ਮੈਂ ਪਰਸਨਲੀ ਬਹੁਤ ਸੁਣਨ ਲੱਗ ਗਿਆ ਸੀ ਮਤਲਬ ਉਹਨਾਂ ਟਾਈਮਾਂ 'ਚ, ਅਤੇ ਉਹ ਬਾਅਦ 'ਚ ਵੀ ਹੁਣ ਵੀ ਆ ਵੀ ਉਹਨਾਂ ਤੋਂ ਵੀ ਜਿਵੇਂ ਕਹਿ ਲਈਏ ਵੀ ਇੰਸਪਾਇਰ ਹੁੰਦੇ ਹਾਂ ਆਪਾਂ। ਹਾਂ ਆਹੀ ਲੱਭ ਰਿਹਾ ਸੀ ਮੈਂ ਕਹਿਣ ਨੂੰ ਇੰਸਪਾਇਰ, ਅਤੇ ਉਹਨਾਂ ਦੀ ਗਾਇਕੀ ਤੋਂ ਕਾਫੀ ਪ੍ਰਭਾਵਿਤ ਆ ਸਿਸਟਮ ਜਿਹਾ, ਅਤੇ ਬਾਕੀ ਸਾਰਿਆਂ ਨੂੰ ਸੁਣੀਦਾ। ਅੱਜ ਕੱਲ੍ਹ ਜਿਵੇਂ ਜਦੋਂ ਕਿ ਅਸੀਂ ਸਟਾਰਟ ਹੋਏ ਹਾਂ, ਸਾਲ ਕੁ ਤੋਂ ਬਾਅਦ 'ਚ ਮਿਊਜ਼ਿਕ 'ਚ ਬਹੁਤ ਵੱਡਾ ਚੇਂਜ ਆਇਆ। ਜਦੋਂ 2017 'ਚ ਕਿ 18 'ਚ ਆਏ ਪਹਿਲਾ ਗਾਣਾ, 17 'ਚ ਅੱਛਾ 2017 ਤੁਹਾਡਾ ਪਹਿਲਾ ਗਾਣਾ ਆਇਆ 17, ਹਾਂ ਇੱਦਾਂ ਹੀ ਸੀਗਾ ਕੁਛ ਯਾਰ। ਚਲੋ 19 ਸਾਲ ਦੇ, ਹਾਂ ਪਤਾ ਨਹੀਂ 17-18 'ਚ ਸੀਗਾ ਮਾਹੌਲ ਜਿਹਾ। ਉਦੋਂ ਬਾਅਦ 'ਚ ਵੀ ਮਿਊਜ਼ਿਕ 'ਚ ਬਹੁਤ ਵੱਡਾ ਚੇਂਜ ਆਇਆ, ਫਿਰ ਉਦੋਂ ਫਿਰ ਸਾਰਿਆਂ ਨੂੰ ਸੁਣ ਲੱਗ ਗਿਆ। ਸਿੱਧੂ ਬਾਈ ਵੀ ਨਾਲ ਆਇਆ ਸੀ ਨਾ? ਹਾਂ ਉਹ ਮੈਂ ਇਹੀ ਆ ਨਾ ਵੀ ਸਿੱਧੂ ਵੀਰ ਤੋਂ ਬਹੁਤ ਜ਼ਿਆਦਾ ਸਿੱਖੇ ਹਾਂ ਸਿਸਟਮ ਨੂੰ, ਵੀ ਜਿਹੜੀਆਂ ਚੀਜ਼ਾਂ ਤੋਂ ਜਿਵੇਂ ਬੰਦਾ ਕਈ ਵਾਰੀ ਚੇਂਜ ਕਰਨ ਤੋਂ ਡਰਦਾ ਨਹੀਂ ਹੁੰਦਾ ਵੀ ਯਾਰ ਆਹ ਚੀਜ਼ ਨੂੰ ਮੈਂ ਚੇਂਜ ਜਾਂ ਕਰੂੰਗਾ, ਪਤਾ ਨਹੀਂ ਕੋਈ ਐਕਸੈਪਟ ਕਰਨਗੇ ਲੋਕ ਕਿ ਨਹੀਂ, ਪਰ ਉਹਨੇ ਬਹੁਤ ਬੇਖੌਫ ਹੋ ਗਏ ਚੀਜ਼ਾਂ ਨੂੰ ਬਦਲਿਆ, ਬਹੁਤ ਸੋਹਣਾ ਕੀਤਾ, ਮਤਲਬ ਸਿੱਖਿਆ ਉਹਦੇ ਤੋਂ। ਮੈਂ ਐਵੇਂ ਆਖਾਂ ਵੀਰ ਵੱਡਾ ਵੀ, ਮੈਨੂੰ ਲੱਗਦਾ 3-4 ਸਾਲ ਮੇਰੇ ਤੋਂ ਉੱਦਾਂ ਵੀ, ਅਤੇ ਵਧੀਆ ਸਿੱਖਿਆ ਵੀਰ ਤੋਂ, ਬਹੁਤ ਕੁਛ ਸਿੱਖਿਆ। ਅਤੇ ਅੱਜ ਕੱਲ੍ਹ ਗੱਡੀ ਦੇ ਵਿੱਚ ਕਿਹੜਾ ਆਰਟਿਸਟ ਚੱਲਦਾ, ਕਿਹਦੇ ਗਾਣੇ ਜ਼ਿਆਦਾ ਚੱਲਦੇ? ਇੱਕ ਹੁੰਦਾ ਯਾਰ ਸਾਰਿਆਂ ਦਾ ਫੇਵਰੇਟ ਹੁੰਦਾ ਵਾ ਕੋਈ ਇੱਕ ਆਰਟਿਸਟ। ਅੱਜ ਕੱਲ੍ਹ ਯਾਰ ਮੈਂ ਐਵੇਂ ਨਹੀਂ ਗਾਣੇ ਸੁਣਦਾ, ਜਿਵੇਂ ਹੁਣ ਸਿੱਧੂ ਵੀਰ ਦੇ ਗਾਣੇ ਤਾਂ ਸੁਣਦੇ ਯਾਰ। ਹਾਂ ਕੌਣ ਜਿਹੜਾ ਨਹੀਂ ਸੁਣਦਾ? ਉਹ ਪਹਿਲਾਂ ਵੀ ਚਲੋ ਜਦੋਂ ਵੀਰ ਹੁੰਦਾ ਵੀ ਸੀ ਉਦੋਂ ਵੀ, ਬਿਲਕੁਲ ਹਾਂ, ਮੇਰੇ ਨਾਲ ਚਲੋ ਬਹੁਤਾ ਰਾਬਤਾ ਨਹੀਂ, ਸਾਡੀ ਹਾਈ ਹੈਲੋ ਹੁੰਦੀ ਰਹਿੰਦੀ ਸਨੈਪਚੈਟ ਤੇ। ਪਰ ਤੁਹਾਡਾ ਇੱਕ ਤਰ੍ਹਾਂ ਦਾ ਫਿਲਮ ਤੋਂ ਬਾਅਦ ਬੌਂਡ ਤੁਹਾਡਾ ਕੋਈ ਅੰਦਰੋਂ ਪਰਸਨਲੀ ਬਣਿਆ ਹੈ ਕਿ ਹਨਾ ਬਾਈ ਜੀ? ਇੱਕ ਵਾਰੀ ਮੈਂ ਮਿਲਿਆ ਪਿੰਡ ਗਿਆ ਸੀ ਮੂਸੇ ਮੈਂ, ਤੇ ਉਦੋਂ ਬਾਅਦ ਸਾਡੀ ਫੋਨ ਤੇ ਗੱਲ ਵਿਰਲੀ ਵਾਂਝੀ ਗੱਲ ਸਾਡੀ ਹੁੰਦੀ ਰਹਿੰਦੀ ਸੀ। ਮੈਂ ਨਹੀਂ ਕਹਿੰਦਾ ਕਿ ਸਾਡਾ ਬਹੁਤ ਨਜ਼ਦੀਕੀਆਂ ਸੀਗੀਆਂ, ਪਰ ਇੱਕ ਰਿਸਪੈਕਟ ਸੀਗੀ ਵੀਰ ਦਾ, ਕੋਈ ਵਧੀਆ ਗਾਣਾ ਉਹਦੇ 'ਚ ਵਧੀਆ ਕਰਦਾ ਸੀ ਕਿ ਅਸੀਂ ਮੈਸੇਜ ਐਪਰੀਸ਼ੀਏਟ ਕਰ ਦੇਣਾ, ਮੈਂ ਮੇਰੇ ਤੋਂ ਕੋਈ ਵਧੀਆ ਗਾਣਾ ਆ ਜਾਣਾ ਤਾਂ ਉਹਨੇ ਮੈਨੂੰ ਐਪਰੀਸ਼ੀਏਟ ਕਰਨਾ, ਐਵੇਂ ਦਾ ਮਾਹੌਲ ਸੀ। ਵੀਰ ਨੂੰ ਸੁਣਦੇ ਹਾਂ, ਹੋਰ ਅੱਜ ਕੱਲ੍ਹ ਸਾਰਾ ਕੁਛ ਨਵਾਂ ਸੁਣੀਦਾ ਯਾਰ, ਮੈਂ ਤਾਂ ਟਰਾਈ ਕਰਦਾ ਨਾ ਕੁਛ ਛੱਡਾਂ ਨਾ। ਪਲੇ ਲਿਸਟਾਂ ਜਿਵੇਂ ਨਹੀਂ ਸਪੋਟੀਫਾਈ 'ਤੇ ਆਉਂਦੀਆਂ ਹੁੰਦੀਆਂ, ਹਾਂ ਨਵੇਂ ਵੀਰ ਜਿੰਨਾ ਵੀ ਮਿਊਜ਼ਿਕ ਕਰ ਰਹੇ ਆ, ਗਾਣੇ ਕਰ ਰਹੇ, ਹਾਂ ਮਿਊਜ਼ਿਕਲੀ ਚੀਜ਼ਾਂ ਸੁਣਨ ਨੂੰ ਬਹੁਤ ਨਵੀਆਂ ਮਿਲਦੀਆਂ, ਤਾਂ ਕਰਕੇ ਮੈਂ ਸੁਣਦਾ ਹੀ ਰਹਿੰਦਾ। ਮੈਂ ਕਈ ਵਾਰੀ ਪਤਾ ਨਹੀਂ ਕਿਸੇ ਹੋਰ ਭਾਸ਼ਾ ਦਾ ਵੀ ਲਾ ਲੈਂਦਾ ਹੁੰਦਾ ਗਾਣਾ, ਕੀ ਪਤਾ ਇੱਧਰ ਜੇ ਕੁਛ ਨਵਾਂ ਲੱਭ ਜੇ। ਅੱਛਾ ਜਿਹੜੇ ਆ ਹਿੰਦੀ ਹੁੰਦੇ ਹੁਣ ਮਰਾਠੀ ਮੁੱਠੀ ਗਾਣੇ, ਹਾਂ। ਅਤੇ ਜਦੋਂ ਤੁਸੀਂ ਆ ਖੇਤੀਬਾੜੀ ਕਰਦੇ ਸੀ, ਸਟੱਡੀ ਕੀਤੀ, ਉਸ ਤੋਂ ਬਾਅਦ ਖੇਤੀਬਾੜੀ 'ਚ ਪੈ ਗਈ, ਅਤੇ ਵੋਇਸ ਆਫ ਪੰਜਾਬ ਦੇ ਵਿੱਚ ਜਾਣ ਦਾ ਕਿੱਦਾਂ ਸੋਚਿਆ, ਕਿਸੇ ਨੇ ਆਈਡੀਆ ਦਿੱਤਾ ਜਾਂ ਆਪ ਹੀ ਸਰਚ ਸੁਰਚ ਕਰਕੇ ਉੱਧਰ ਗਏ ਚੰਡੀਗੜ੍ਹ? ਇੱਥੇ ਹੁੰਦੇ ਸੀ ਪਿੰਡ, ਯੂਪੀ ਤੋਂ ਇੱਕੋਦਮ ਚੰਡੀਗੜ੍ਹ ਜਾਣਾ ਯਾਰ ਪਿੰਡ ਤੋਂ, ਉੱਥੇ ਸਾਰਾ ਆਡੀਸ਼ਨ ਵਗੈਰਾ ਦੇਣ ਵਾਸਤੇ। ਜਦੋਂ ਮੈਂ ਪਹਿਲੀ ਵਾਰੀ ਗਿਆ ਸੀ ਵੋਇਸ ਆਫ ਪੰਜਾਬ ਦਾ ਆਡੀਸ਼ਨ ਦੇਣ, ਉਦੋਂ ਮੈਂ ਗਿਆ ਸੀ, ਮੈਨੂੰ ਲੱਗਦਾ 2014-15 'ਚ ਗਿਆ ਸੀ ਮੈਂ, ਠੀਕ ਆ, ਅਤੇ ਉਦੋਂ ਮੈਂ ਗਿਆ ਲੁਧਿਆਣੇ ਸੀ ਆਡੀਸ਼ਨ, ਅਤੇ ਉੱਥੇ ਜਾ ਕੇ ਮੈਂ ਗਿਆ ਅਤੇ ਮੇਰੀ ਉਮਰ ਹੀ ਘੱਟ ਨਿਕਲੀ, ਉਹ 18 ਸਾਲ ਦੇ ਲੈਂਦੇ ਸੀ ਅਤੇ ਮੇਰੀ ਉਮਰ ਸੀ ਮੈਨੂੰ ਲੱਗਦਾ 16-17 ਸਾਲ ਉਦੋਂ। ਅੱਛਾ, ਅਤੇ ਅਸੀਂ ਫਿਰ ਵਾਪਸ ਆ ਗਏ, ਬੜੇ ਖੱਜਲ ਹੋ ਗਏ ਗਏ ਭਰਾਵਾ, ਐਂ ਦੁਪਹਿਰੇ ਬੈਠਿਆਂ ਦਾ ਪਲੈਨ, ਘਰ ਦੇ ਤਾਂ ਮੰਨਦੇ ਸੀ ਕਿ ਕੋਈ ਗੱਲ ਜਾ ਹੋਇਆ ਯਾਰ, ਉਦਣ ਗਾਲਾਂ ਜੀਆਂ ਪੈ ਗਈਆਂ ਸੀ ਮੈਨੂੰ, ਗਾਲਾਂ ਇਸ ਕਰਕੇ ਨਹੀਂ ਪਈਆਂ ਸੀ, ਜਿੱਦ ਕਰ ਲਈ ਵੀ ਕੱਲ੍ਹ ਆਡੀਸ਼ਨ ਆ ਅੱਜ ਜਾਣਾ, ਉਹ ਕਹਿੰਦੇ ਵੀ ਤੂੰ ਤਿਆਰੀ ਤੁਰੀ ਕੋਈ ਸਾਨੂੰ ਪਹਿਲਾਂ ਦੱਸਦਾ, ਨਿੱਕੇ ਹੁੰਦੇ ਹਾਂ ਯਾਰ, ਹੁਣ ਨਾਲ ਕਿਸੇ ਨੂੰ ਭੇਜਣਾ ਨਾਲ, ਭੂਆ ਦਾ ਮੁੰਡਾ ਨਾਲ ਗਿਆ, ਨਾ ਕੋਈ ਰਿਜ਼ਰਵੇਸ਼ਨ ਕਰਾਈ, ਬਰੇਲੀ ਸਟੇਸ਼ਨ 'ਤੇ ਮੈਨੂੰ ਲੱਗਦਾ ਅਸੀਂ ਜਿਉਂ 9 ਵਜੇ ਪਹੁੰਚੇ, 5 ਵਜੇ ਤੱਕ ਉੱਥੇ ਰੁਲਦੇ ਰਹੇ, ਕੋਈ ਟ੍ਰੇਨ ਆਵੇ ਭਰੀਆਂ ਤੋਂ ਤੋਂ
ਤੱਕ ਬੁਰੇ ਹਾਲ। ਅੱਛਾ ਫਿਰ 5:30 ਸਾਨੂੰ ਮੈਨੂੰ ਟ੍ਰੇਨ ਦਾ ਉਹ ਜਾਂ ਜੰਮੂ ਤਵੀ ਐਕਸਪ੍ਰੈਸ ਟ੍ਰੇਨ ਦਾ ਨਾਮ ਆ ਜੰਮੂ ਤਵੀ ਐਕਸਪ੍ਰੈਸ। ਅੱਛਾ ਤੇ ਐਮਰਜੈਂਸੀ ਵਿੰਡੋ ਥਾਣੀ ਵੜੇ ਹਾਂ ਟ੍ਰੇਨ 'ਚ ਅਸੀਂ। ਅੱਛਾ ਅੰਬਾਲੇ ਤੱਕ ਖਲੋਤੇ ਹੀ ਗਏ ਅਸੀਂ ਅਤੇ ਜਾਣਾ ਸੀ ਲੁਧਿਆਣੇ ਸੀ ਫਿਰ ਅਸੀਂ ਅੰਬਾਲੇ ਉੱਤਰ ਗਏ ਛੱਡ ਖੇੜਾ ਮਰ ਜਾਵਾਂਗੇ ਇਦੋਂ ਪਹਿਲਾਂ ਇੱਥੇ ਉੱਤਰ ਜਾਓ। ਫਿਰ ਅਸੀਂ ਚੰਡੀਗੜ੍ਹ ਚਲੇ ਗਏ ਉੱਥੇ ਮਾੜਾ ਮੋਟਾ ਹੋਟਲ ਹਟ ਲੈ ਕੇ ਰਾਤ ਕੱਟੀ ਫਿਰ ਸਵੇਰੇ ਉੱਥੋਂ ਅਸੀਂ ਬਾਏ ਬੱਸ ਲੁਧਿਆਣੇ ਗਏ ਉੱਥੇ ਆਡੀਸ਼ਨ ਦਿੱਤਾ ਇੱਦਾਂ ਫਿਰ ਉਹ ਉਮਰ ਘੱਟ ਸੀ। ਫਿਰ ਮੈਂ ਚਲੇ ਗਿਆ ਸੀ ਬਠਿੰਡੇ 2015 'ਚ ਕਿ 16 'ਚ ਨਹੀਂ ਨਹੀਂ ਬਠਿੰਡੇ ਮੈਂ ਜਿੱਥੋਂ ਸਿੱਖਿਆ ਬਾਅਦ 'ਚ ਹੈ ਨਾ ਜਦੋਂ ਮੈਂ ਪੜ੍ਹਾਈ ਛੱਡਤੀ ਸੀ। ਹਾਂਜੀ ਹਾਂਜੀ ਖੇਤੀਬਾੜੀ ਕਰਨ ਲੱਗ ਪਏ। ਹਾਂ ਖੇਤੀਬਾੜੀ ਕਰਨ ਲੱਗ ਗਏ ਉਦੋਂ ਬਾਅਦ 'ਚ ਫਿਰ ਮਤਲਬ ਗਾਉਣ ਦਾ ਤਾਂ ਹੈਗਾ ਹੁਣ ਫਿਰ ਇਹ ਸੀਗਾ ਦਿਮਾਗ 'ਚ ਵੀ ਹੁਣ ਕੁਛ ਕਰਨਾ ਗਾਣੇ ਵੀ ਕਰਨੇ ਗਾ ਕਿੱਦਾਂ ਕਰਨੇ ਕੀ ਹੁਣ ਸਾਡੇ ਜਿਵੇਂ ਇੱਥੇ ਹਾਂ ਇੱਥੇ ਸਾਨੂੰ ਜਿਵੇਂ ਹੁਣ ਪੰਜਾਬ 'ਚ ਰਹਿੰਦੇ ਬੰਦੇ ਨੂੰ ਗਾਣਾ ਕਰਨਾ ਈਜ਼ੀ ਲੱਗਦਾ ਸਾਡੇ ਮਾਇੰਡਸੈਟ ਉਦੋਂ ਇਹੀ ਸੀਗੇ ਕਿ ਪਹਿਲਾਂ ਸਿੱਖਣਾ ਪੈਂਦਾ ਫਿਰ ਗਾਣਾ ਗਾਂ ਜੇ ਹੋਏ ਉਸਤਾਦ ਪਾਸ ਕਰਨਗੇ ਫਿਰ ਗਾਣੇ ਆਉਣਗੇ। ਅੱਗੇ 2-4 ਮਿੰਟ ਹੋਰ ਹਿੰਮਤ ਸੰਧੂ ਬਾਈ ਨਾਲ ਗੱਲਾਂ ਬਾਤਾਂ ਕੀਤੀਆਂ ਅਤੇ ਫਿਰ ਹਿੰਮਤ ਸੰਧੂ ਵੀਰਾਂ ਸਾਨੂੰ ਲੈ ਗਿਆ ਆਪਣੇ ਸਕੂਲ ਇੱਥੋਂ ਨਰਸਰੀ ਤੋਂ ਲੈ ਕੇ 10th ਕਲਾਸ ਤੱਕ ਪੜ੍ਹੇ ਆ। ਆ ਕਹਿੰਦੇ ਨਾਲ ਸਾਡੇ ਸਾਈਕਲ ਚਲਾਉਂਦੇ ਹੁੰਦੇ ਸੀ ਸਾਰਿਆਂ ਦਾ ਧਿਆਨ ਚਲੀ ਜਾਂਦਾ ਹੈ ਨਾ ਬਦੋ ਬਦੀ ਪੂਰਾ ਇੰਟਰਸਟ ਬਣਾ ਤਾ। ਕਾਹਦੀ ਹੋਈ ਗੱਲ ਇਹਦਾ ਤੂੰ ਤਾਂ ਨਹੀਂ ਕਿਤੇ ਸਾਰਾ ਉਹਨਾਂ ਦਾ ਸਕੂਲ ਘੁੰਮੇ ਉਹ ਤੁਸੀਂ ਵਲੋਗ ਦੇ ਵਿੱਚ ਦੇਖ ਲਿਓ ਅਤੇ ਹੋਪ ਕਰਦੇ ਹਾਂ ਕਿ ਪੋਡਕਾਸਟ ਵਿਦ ਹਿੰਮਤ ਸੰਧੂ ਬਾਈ ਤੁਹਾਨੂੰ ਵਧੀਆ ਲੱਗਾ ਹੋਊਗਾ। ਜੇ ਵਧੀਆ ਲੱਗਾ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਅਤੇ ਹਿੰਮਤ ਸੰਧੂ ਬਾਈ ਦਾ ਵੀ ਚੈਨਲ ਆ ਯੂਟਿਊਬ 'ਤੇ ਜਾ ਕੇ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਬਾਈ ਦਾ ਨਵਾਂ ਗਾਣਾ ਸੁਣਿਆ ਨੈਵਰ ਐਂਡਿੰਗ ਅਤੇ EP ਆਉਣ ਹੀ ਵਾਲੀ ਹੈ ਬਸ ਬਹੁਤ ਛੇਤੀ। ਅਤੇ ਚਲੋ ਤੁਹਾਨੂੰ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਵਲੋਗ ਜਾਂ ਫਿਰ ਪੋਡਕਾਸਟ ਦੇ ਵਿੱਚ। ਟਿਲ ਦੈਨ ਬਾਏ ਟੇਕ ਕੇਅਰ ਰੱਬ ਰੱਖੇ।